और अकाली दल ਦੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਭੁੰਦੜ ਨੂੰ ਸਿੰਘ ਸਾਹਿਬਾਨ ਵੱਲੋਂ ਹੁਕਮ ਇਹ ਦਿੱਤਾ ਗਿਆ ਕਿ 24 ਘੰਟੇ ਦੇ ਅੰਦਰ ਅੰਦਰ ਇਹਨਾਂ ਨੂੰ ਪਾਰਟੀ ਤੋਂ ਬਾਹਰ ਕਰੋ ਤੇ 10 ਸਾਲ ਲਈ ਬਾਹਰ ਕਰੋ, ਘੱਟੋ ਘੱਟ 10 ਸਾਲ ਲਈ ਪਾਰਟੀ ਤੋਂ ਕੱਢੋ ਵਿਰਸਾ ਸਿੰਘ ਬਟੋਹਾ ਨੂੰ। ਇਹ ਮਿਸਾਲੀ ਸਜ਼ਾ ਸੁਣਾਈ ਹੈ ਸਿੰਘ ਸਾਹਿਬਾਨ ਨੇ। ਕਿਉਂ ਇਹ ਸਜ਼ਾ ਸੁਣਾਈ ਗਈ, ਇਹ ਇੰਨੀ ਸਖਤ ਸਜ਼ਾ ਦਾ ਕਾਰਨ ਕੀ ਹੈ? ਕਾਰਨ ਬੜਾ ਸਪਸ਼ਟ ਹੈ। ਪਿਛਲੇ ਦਿਨੀ ਵਿਰਸਾ ਸਿੰਘ ਬਟੋਹਾ ਨੇ ਜਿਸ ਤਰੀਕੇ ਨਾਲ ਮੀਡੀਆ ਚ ਆ ਕੇ ਸਿੰਘ ਸਾਹਿਬਾਨ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਆਲੋਚਨਾ ਕੀਤੀ, ਉਹਨਾਂ ਬਾਰੇ ਕਿਹਾ ਕਿ ਇਹ ਸਿੰਘ ਸਾਹਿਬਾਨ ਤੇ ਜਿਹੜੇ RSS ਪ੍ਰਭਾਵ ਪਾ ਰਹੀ ਹੈ, ਭਾਰਤੀ ਜਨਤਾ ਪਾਰਟੀ ਜਾਂ ਸਿੰਘ ਸਾਹਿਬਾਨ ਦਾ ਸੰਬੰਧ ਹੈ ਅਮਿਤ ਸ਼ਾਹ ਨਾਲ, ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਕਿਹਾ ਕਿ ਇਹ RSS ਨਾਲ ਔਰ ਅਮਿਤ ਸ਼ਾਹ ਨਾਲ ਇਹਨਾਂ ਦਾ ਸੰਬੰਧ ਹੈ, ਉਹਦਾ ਮੁਲਾਕਾਤਾਂ ਕਰਦੇ ਨੇ, ਬੜਾ ਕੁਛ ਉਹਨੇ ਅਜਿਹਾ ਕਿਹਾ। ਇੱਕ ਗੱਲ ਹੋਰ ਵੀ ਆਈ ਸੀ ਬਾਹਰ, ਉਹ ਇਹ ਸੀ ਕਿ ਪਤਾ ਲੱਗਿਆ ਕਿ ਇਹ ਜਦੋਂ ਗਿਆਨੀ ਰਘਵੀਰ ਸਿੰਘ ਦਾ ਪਤਾ ਲੈਣ ਗਏ ਪਿੱਛੇ, ਜਦੋਂ ਡੇਂਗੂ ਹੋ ਗਿਆ ਸੀ ਤੇ ਉੱਥੇ ਜਦੋਂ ਪਤਾ ਲੈਣ ਗਏ ਤੇ ਉੱਥੇ ਕਈ ਅਜਿਹੀਆਂ ਗੱਲਾਂ ਕੀਤੀਆਂ ਜਿਹਨੂੰ ਧਮਕਾਉਣ ਵਾਲੀਆਂ ਗੱਲਾਂ, ਜਾਂ ਇਹ ਕਹੀਏ ਕਿ ਬੜਾ ਗੰਭੀਰ ਕਿਸਮ ਦੇ ਜਿਹੜੇ ਨਤੀਜੇ ਨਿਕਲਣ ਵਾਲੀਆਂ ਗੱਲਾਂ ਉੱਥੇ ਕਹੀਆਂ। ਤੇ ਅੱਜ ਫਿਰ ਇਹ ਆਪਣਾ ਮਾਫੀ ਲੈਣਾ ਲੈ ਕੇ ਗਏ, ਭਾਵੇਂ ਕਿ ਇਹਨਾਂ ਨੇ ਬਾਹਰ ਤਾਂ ਇਹੀ ਕਿਹਾ ਕਿ ਮੈਂ ਸਪਸ਼ਟੀਕਰਨ ਦਿੱਤਾ, ਲੇਕਿਨ ਉੱਥੇ ਕਿਸੇ ਦਾ ਮਾਫੀਨਾਮਾ ਸੀ, ਪਰ ਸਿੰਘ ਸਾਹਿਬਾਨ ਨੇ ਮਾਫੀ ਕਬੂਲ ਨਹੀਂ ਕੀਤੀ ਤੇ ਇਹਨਾਂ ਨੂੰ ਸਜ਼ਾ ਸੁਣਾ ਦਿੱਤੀ। ਇਹ ਸਜ਼ਾ 10 ਸਾਲ ਪਾਰਟੀ ਤੋਂ ਕੱਢਣ ਦੀ। ਤੇ ਇੱਕ ਗੱਲ ਹੋਰ ਵੀ, ਇਹਨਾਂ ਨੇ ਇੱਕ ਕੰਡੀਸ਼ਨ ਲਾਤੀ ਸੀ ਸਿੰਘ ਸਾਹਿਬਾਨ ਤੇ, ਕਹਿੰਦੇ ਜਲਦੀ ਕਰੋ ਫੈਸਲਾ। ਉਹਨਾਂ ਦੀ ਕੁੜੀ ਦਾ ਵਿਆਹ, ਉਹਨਾਂ ਨੇ ਜਿਹੜੇ ਹਰਸ਼ ਬਾਦਲ ਸਾਹਿਬ ਨੂੰ ਬੜਾ ਡਿਲੇ ਕਰ ਰਹੇ ਹੋ, ਧਾਰਮਿਕ ਸਜ਼ਾ ਸੁਣਾਓ ਜਿੰਨੀ ਸਖ਼ਤ ਤੋਂ ਸਖ਼ਤ ਸੁਣਾਉਣੀ ਹੈ, ਜਿੰਨੀ ਉਹਨਾਂ ਤੇ ਸ਼ਰਤ ਲਾਤੀ ਧਾਰਮਿਕ ਸਜ਼ਾ ਸੁਣਾਓ। ਤੇ ਲੋਕ ਇਹ ਸੋਚ ਰਹੇ ਸੀ ਵੀ ਇਹ ਕੌਣ ਨੇ ਸਿੰਘ ਸਾਹਿਬਾਨ ਨੂੰ ਡਿਕਟੇਟ ਕਰਨ ਵਾਲੇ, ਇਹ ਵੀ ਗੱਲ ਅੱਗੇ ਆਈ ਸੀ। ਤੇ ਮੀਰੀ ਪੀਰੀ ਦੇ ਸਥਾਨ ਤੇ ਸੀਟ ਤੇ ਬੈਠੇ ਸਿੰਘ ਸਾਹਿਬਾਨ ਨੇ ਜਿਹੜਾ ਫੈਸਲਾ ਲਿਆ ਉਹਦੇ ਬਾਰੇ ਕਾਫੀ ਲੋਕ ਜਿਹੜੇ ਨੇ ਪ੍ਰਤੀਕਿਰਿਆਵਾਂ ਦੇ ਰਹੇ ਨੇ, ਤੇ ਜ਼ਿਆਦਾਤਰ ਪ੍ਰਤੀਕਿਰਿਆਵਾਂ ਸਰਦਾਰ ਲਹਿਰ ਤੇ ਹੋਰ ਸਿੱਖ ਵਿਦਵਾਨਾਂ ਵੱਲੋਂ ਆ ਰਹੀਆਂ ਨੇ। ਫੈਸਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ, ਅਕਾਲੀ ਦਲ ਚੁੱਪ ਹਾਲ ਦੀ ਘੜੀ। ਲੇਕਿਨ ਬਲਵਿੰਦਰ ਸਿੰਘ ਭੁੰਦੜ ਨੇ ਇਹ ਕਿਹਾ ਸੀ ਅਸੀਂ ਸਿਰ ਮਾ ਕੇ ਇਹ ਫੈਸਲਾ ਮੰਨਾਂਗੇ। ਇਹ ਤੇ ਅੱਜ ਆਪਾਂ ਚਰਚਾ ਕਰਨੀ ਹੈ, ਤੇ ਚਰਚਾ ਕਰਨ ਲਈ ਸਾਡੇ ਨਾਲ ਜਿਹੜੇ ਵਿਦਵਾਨ ਪੈਨਲਿਸਟ ਜੁੜੇ ਨੇ ਉਹਨਾਂ ਦੇ ਵਿੱਚ ਸਿੱਖ ਚਿੰਤਕ ਸਰਦਾਰ ਉਪਜੀਤ ਸਿੰਘ ਬਰਾੜ ਸਾਹਿਬ ਸਾਡੇ ਨਾਲ ਨੇ, ਨਾਲ ਸਾਡੇ ਜਸਵੰਤ ਸਿੰਘ ਸਰੰਤ ਸਾਹਿਬ ਨੇ ਸੀਨੀਅਰ ਪੱਤਰਕਾਰ, ਤੇ ਪ੍ਰਿਤਪਾਲ ਸਿੰਘ ਪੰਨੂ ਸਾਹਿਬ ਐਡਵੋਕੇਟ ਸਾਡੇ ਨਾਲ ਜੁੜੇ ਨੇ ਕਰਨਾਲ ਤੋਂ, ਤੇ ਦੋ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਕਹਿ ਸਕਦੇ ਹਾਂ ਅਸੀਂ ਜਿਹੜੇ ਸਾਡੇ ਨਾਲ ਸ਼ਾਮਿਲ ਨੇ, ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਨੂੰ ਸਾਡੀ ਡਿਬੇਟ ਦੇ ਵਿੱਚ ਆਉਣ ਤੋਂ ਨਾ ਕਰ ਦਿੱਤੀ ਹੈ। ਤੇ ਸਾਡੇ ਨਾਲ ਸ਼ਾਮਿਲ ਨੇ ਮਾਸਟਰ ਮਿੱਠੂ ਸਿੰਘ ਖਾਨੇਕੇ, ਇਹ ਵੀ ਕੱਲ ਵੀ ਇਹਨਾਂ ਨੇ ਇੱਕ ਲੈਟਰ ਲਿਖੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਨੇ, ਸੀਨੀਅਰ ਲੀਡਰ ਨੇ, ਇਹਨਾਂ ਨੇ ਇਹ ਕਿਹਾ ਸੀ ਤਿੰਨ ਹੋਰ ਜਿਹੜੇ ਮੈਂਬਰਸ ਨਾਲ, ਜਿਹਦੇ ਚ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਕੁਛ ਦੋਸ਼ ਲਾਏ ਸੀ ਕਿ ਉਹ ਉਲੰਘਣਾ ਕਰ ਰਹੇ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ। ਉਹ ਮਾਸਟਰ ਮਿੱਠੂ ਸਿੰਘ ਸਾਡੇ ਨਾਲ ਨੇ, ਤੇ ਨਾਲ ਸਾਡੇ ਅਕਾਲੀ ਦਲ ਸੁਤੰਤਰ ਤੋਂ ਸਰਦਾਰ ਪਰਮਜੀਤ ਸਿੰਘ ਸੋਖੀ ਸ਼ਾਮਿਲ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਲ। ਇਹ ਸਾਰੀ ਗੱਲਬਾਤ ਚ ਪੰਨੂ ਸਾਹਿਬ, ਮੈਂ ਤੁਹਾਡੇ ਤੋਂ ਗੱਲ ਸ਼ੁਰੂ ਕਰਦਾ ਕਿ ਕਿਵੇਂ ਲੱਗਿਆ ਤੁਹਾਨੂੰ ਇਹ ਫੈਸਲਾ? ਤੁਸੀਂ ਬਿਲਕੁਲ ਨਿਰਪੱਖ ਤੇ ਇੱਕ ਹਰਿਆਣਾ ਸਿੱਖ ਏਕਤਾ ਦਲ ਦੇ ਇੱਕ ਉੱਘੇ ਲੀਡਰ ਵੱਲੋਂ ਸਾਡੇ ਨਾਲ ਸ਼ਾਮਿਲ ਹੋ, ਕਿਵੇਂ ਦੇਖ ਰਹੇ ਹੋ ਫੈਸਲੇ? ਗੱਲਿਆਂ ਵਾਲੀਆ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜੀ ਹੈ ਉਹ ਸਿੱਖਾਂ ਦੀ ਸਿਰਮੋਰ ਸਮਝ ਸਕਦੇ ਹੋ ਕਿ ਇੱਕ ਸਥਾਨ ਐਸਾ ਹੈ ਜਿਹਦੀ ਸਥਾਪਨਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਕਾਲ ਬੁੰਗੇ ਦੇ ਰੂਪ ਵਿੱਚ ਕੀਤੀ ਸੀ। ਪਹਿਲਾਂ ਅਕਾਲ ਬੁੰਗਾ ਵੱਜਦਾ ਸੀ, ਬਾਅਦ ਵਿੱਚ ਇਹਦਾ ਨਾਮ ਜਿਹੜਾ ਉਹ ਅਕਾਲ ਤਖ਼ਤ ਸਾਹਿਬ ਰੱਖਿਆ ਗਿਆ। ਸਿੱਖਾਂ ਦੇ ਜਿਹੜੇ ਮਸਲੇ ਨੇ, ਜਿਹੜੇ ਸਿੱਖਾਂ ਦੇ ਧਾਰਮਿਕ ਮਸਲੇ ਨੇ ਜਾਂ ਸਿੱਖਾਂ ਦੇ ਜਿਹੜੇ ਵੱਡੇ ਫੈਸਲੇ ਨੇ, ਉਹ ਸ਼ੁਰੂ ਤੋਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਜਾਂਦੇ ਰਹੇ ਹੈ। ਬੜੇ ਲੰਬੇ ਸਮੇਂ ਤੋਂ ਇੱਕ ਕੌਮ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਇੱਕ ਕਹਿ ਸਕਦੇ ਹੋ ਕਿ ਉਦਾਸੀਨਤਾ ਸੀ, ਜਾਂ ਕੌਮ ਦੇ ਵਿੱਚ ਬੜੀ ਇੱਕ ਵਿਚਿੱਤਰ ਜੀ ਤੁਸੀਂ ਕਹਿ ਸਕਦੇ ਹੋ, ਅਜੀਬ ਜੀ ਇੱਕ ਤਕਲੀਫ ਸੀ ਇਸ ਗੱਲ ਨੂੰ ਲੈ ਕੇ
कि श्री अकाल तख्त साहब या बाकी तख्तों के जो जथेदार है वो बनता रोल नहीं निभा रहे। कौम के लीडर जिहड़े ने चाहे वह अकाली दल है या होर जिहड़े धार्मिक जथेबंदियां दे लीडर ने वो आप खुदरियां कर रहे ने, मर्यादावां दा घाण कर रहे ने, लेकिन तख्तों के जथेदारां नूं जो फैसले लेने चाहिए ने वह फैसले नहीं लै रहे। ये बड़े लंबे समय तो कौम नूं लगता सी ये जो पहली बार होया ने, अज तक असीं बड़े लंबे टाइम तो यह देखते आ रहे हैं कि जिहड़े श्री अकाल तख्त साहब तो अकाली दल का जिवें दा फरमान आउंदा सी उदां दा ही हुक्मनामा आ जांदा सी। किधरे ना किधरे नजर आता है कि जिहड़े तख्तां दे जथेदार ने वह अकाली दल के या श्रोमणी कमेटी के दबाव थले काम कर रहे हैं। सो संगतां दे विच इस चीज़ को लैके बड़ा रोस सी। मैनूं इह लगता है कि यह पहली बारी जिहड़ा एक बड़े लंबे समय बाद, क्योंकि जिहड़ी पुरानी परंपरा रही है श्री अकाल तख्त साहब की, जथेदार अकाली फूला सिंह की जिहड़ी परंपरा रही है कि अगर महाराजा रणजीत सिंह ने भी माड़ा काम किया है तो उन्होंने भी उत्थे बुला के कूड़े लाने की सजा देने वाली, हाली उस लैवल तिकन ते नहीं पहुंचे पर एक चंगी शुरुआत हुई है कि अगर कोई बंदा जिहड़ा अवा तवा बोलता है बिना किसी प्रूफ तो, एक साड़ी परंपरा बनती जा रही है कि असी किसी के उत्ते कोई भी इल्जाम ला दें, असी किसी की भी किरदार कुशी कर दें, ना साढ़े को बारे कोई प्रूफ हुंदा है, ना साढ़े को किसी तरह की कोई गलबात हुंदी है, एक सुनी सुनाई गल के उत्ते असी किसी की भी किरदार कुशी कर दें। पिछे भी यहोजे कई तख्तों के जथेदारों के पहला भी इदा के इल्जाम लगे जिन्हों लैके उन्होंने तख्तों की जथेदारी तो वांझे भी किया गया। तख्त पटना साहब से होर कई जगह अजिहियां गल्लां होईयां कि तख्तों के जथेदारों नूं उन्होंने जिम्मेदारियों तो वांझे भी किया गया, और बाद जो इनकुआरी होंगी है इनकुआरी के विच कुछ भी निकलता नहीं, कहिंदे जी क्लीन चिट दे दित्ती गई, लेकिन जिहड़ी किरदार कुशी किसी की कर दित्ती जांदी है वह वापस नहीं आ सकती। सो मैनूं इह लगदा है कि विरसा सिंह बलटोहा ने जो काम किए, जो उन्होंने इल्जाम लाए, अज जो सजा देने के इल्जाम लाए गए है वह बड़े गंभीर जिहड़े है, बहुत ज्यादा मैं समझना कि विचारन वाले जिहड़े ने वह उन्होंने उत्ते आरोप लगे है कि अकाल तख्त साहब के जथेदार नूं घर जाके धमकाना एक किस्म का कि तुसी फैसला छेती करो, एक किस्म का उन्होंने इशारा करना कि तुसी फैसला साढ़े मन मुआफिक करो, नहीं तो तुहानूं हटाया भी जा सकता है जो अज तक करते आए हैं। दूजा जिहड़ा उन्होंने रिकॉर्डिंग करनी, ये बड़ी हैरानी की गल है कि असी एक पासे तां कहिंदे आ कि श्री अकाल तख्त साहब साढ़े वास्ते सब तो ज्यादा सत्कार वाली जगह है, देखो गुरु ग्रंथ साहब तो साढ़े गुरु ने तो है ही नहीं, लेकिन सिख संस्थावां दे विचों असी श्री अकाल तख्त साहब नूं सत्कार दिंदे आ ते बाकी तख्तां नूं सत्कार दिंदे आ। ते तख्त साहब दे जथेदार दी नाल गलबात नूं रिकॉर्डिंग करना जिहड़ा आरोप लग्गिया कि उन्होंने रिकॉर्डिंग की, उस तो बाद इदां दे होर तरह के कई आरोप लगाने जिन्हां नूं बाद च कह देना जी मैं तो सुनी सुनाई गल की है, उन्हां दा किसी तरह का प्रूफ ना होना। सो मैनूं इह लगदा है कि सख्त संदेश जिहड़ा है वह दिता गया है, दिता भी जाना चाहिए है, लेकिन यह सख्त संदेश यह ना भी इत्थे हो जाए। हाली जी बाकी जिहड़े ने चाहे वह सुखबीर बादल है या कोई होर है जिन्हां ने कौम के प्रति जिहड़ियां ने बड़ियां वड्डियां ऊनताइयां कीतियां होईयां ने, उन्हां दीआं ऊनताइयां भी सारियां दीआं सारियां जिहड़ियां ने साबित हो चुकियां ने। देखो तनखाइया किसी उदों ही घोषित किया जाता है जो प्राइमा फैसाइया नजर आता है कि जो ये आरोप लगाए गए हैं वो आरोप किधरे ना किधरे सच्चे नजर आ रहे हैं। सो जे वो आरोप सच्चे ने तो आरोप बड़े गंभीर ने, उहदे च भी सजा जिहड़ी है उसे तरीके की होनी चाहिए है। यह ना हो कि उन्होंने सजा जिहड़ी है वो माड़े मोटे भांडे मांजण दी जां जिहड़ा दी अज तक करते आए वो करके उन्होंने बख्श दिता जाए, यह नहीं होना चाहिए। संगत जिहड़ी है बड़ी क्लोजली वाच कर रही है कि जिहड़े बाकी गुनाहगार ने उन्होंने किस तरह की सजा लगाई जाती है। सो मैनूं इह लगता है कि यह ठीक शुरुआत हुई है, इदां दा सख्त संदेश जिहड़ा जाना बहुत जरूरी है। इस सख्त संदेश के नाल ही जिहड़ा मैं समझदा कि जी आप उदरियां ने वो रुकणगियां, किधरे ना किधरे कौम का जिहड़ा पुराना वकार सी उहनूं बहाल करने विच मदद मिलेगी। सो मैं तां इहदी ताईद करदा कि जिहड़ा बिल्कुल सही फैसला लिया गया। दो गल्लां देखो जिहड़ी गल इक नजर आउंदी है जिवें इह बिरसा सिंह बलटोहा नूं जिहड़ी मैं शुरू च गल की है भी कोर कमेटी च 11 मैंबरी बचदा बनाउणा जल्दी सुनाओ जल्दी मीटिंग करो ते आप कहना जल्दी मीटिंग करो, इहदा मतलब कि किते ना किते सुखबीर सिंह बादल नूं इस किस्म की आदत जां इस किस्म का तजर्बा सी कि जथेदारां नूं किवें धमकाउणा किवें उहनां नूं उहनां तों मजबूर करके फैसले कराउणे ने। राम रहीम दा भी इही कीता सी, हुण उह वी तरीका इत्थे वरतण दी कोशिश, इह भी लोक कह रहे ने कि उह तरीका वरत्या गया सी कि जिवें पहलां कहा उवें इहनां कोल जाओ। हुण पहला तो चलो ज्ञानी गुरमुख सिंह ने दसता सानू भी किस तरीके नाल होया, बाकी वक्री गल इहदा मतलब इक गल तां बड़ी स्पष्ट है कि जथेदारां नूं धमकाउण जां दबाव पाउण च कामयाब होए सी सुखबीर सिंह बादल, यह भी कोशिश सी। ते हुण जिस तरीके नाल इह कहा गया कि धार्मिक फैसले ही सुनाओ ते उन्होंने आ फैसला करके दिखाता, क्योंकि उह सीट ते बैठे ने जिथे जिहनूं मीरी पीरी कहिंदे दोन्हें ने कल्ला तुसीं धार्मिक नाल तुसीं
ਡਿਪੇਟ ਕੌਣ ਕਰ ਰਿਹਾ ਹੈ, ਕਰ ਸਕਦਾ ਜਾਂ ਕਰਨਾ ਚਾਹੀਦਾ ਕਿਸ ਨੂੰ, ਇਹ ਵੀ ਇੱਕ ਵੱਡਾ ਸਵਾਲ ਸੀ। ਤੇ ਇਸ ਅੱਜ ਇੱਕ ਹੋਰ ਜਿਹੜੀ ਤੁਸੀਂ ਵੀ ਪੁਆਇੰਟ ਉਠਾਇਆ ਪੰਨੂ ਸਾਹਿਬ ਕਿ ਰਿਕਾਰਡਿੰਗ ਜਿਹੜੀ ਹੁੰਦੀ ਹੈ ਨਾ ਬਿਨਾਂ ਪਰਮਿਸ਼ਨ ਤੋਂ, ਇਹ ਵੀ ਗਲਤ ਹੈ, ਇਹ ਵੀ ਗੁਨਾਹ, ਇਹ ਵੀ ਕ੍ਰਾਈਮ ਹੁੰਦਾ ਹੈ, ਉਹ ਵੀ ਗਲਤ ਹੋਇਆ। ਸੋ ਫੈਸਲਾ ਸੱਚੀ ਗੱਲ ਹੈ ਕਿ ਬਹੁਤ ਦਿਨਾਂ ਬਾਅਦ ਇਸ ਤਰ੍ਹਾਂ ਦਾ ਫੈਸਲਾ ਆਇਆ। ਉਪਜੀਤ ਸਿੰਘ ਬਰਾੜ ਸਾਹਿਬ, ਪ੍ਰੋਫੈਸਰ ਸਾਹਿਬ, ਇਹ ਜਿਹੜਾ ਫੈਸਲਾ ਆਇਆ ਹੈ, ਬੇਸ਼ੱਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਿਰਸਾ ਸਿੰਘ ਬਟੋਹਾ ਜਿਸ ਹਿਸਾਬ ਦੇ ਨਾਲ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਬਿਲਕੁਲ ਗਲਤ ਕਰ ਰਿਹਾ ਸੀਗਾ, ਕਿਉਂਕਿ ਕਿਸੇ ਵੀ ਦੁਨਿਆਵੀ ਅਦਾਲਤ ਨੂੰ ਵੀ ਜੇ ਆਪਾਂ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੇ ਵੀ ਜਿਹੜਾ ਫੈਸਲਾ ਉਹਦੇ ਖਿਲਾਫ ਉਹ ਐਕਸ਼ਨ ਅਦਾਲਤ ਨੂੰ ਲੈਣਾ ਪੈਂਦਾ ਹੈ। ਤਾਂ ਇਹ ਤਾਂ ਜਿਹੜੀ ਆ ਬੜੀ ਮੋਰਲ ਅਦਾਲਤ ਆ, ਸਿੱਖਾਂ ਦੀ ਸਭ ਤੇ ਉੱਚੀ ਅਦਾਲਤ ਆ ਤੇ ਮੀਰੀ ਤੇ ਪੀਰੀ ਦਾ ਸਿਧਾਂਤ ਅਨੁਸਾਰ ਚੱਲਦੀ ਆ, ਤੇ ਉੱਥੇ ਫੈਸਲੇ ਦੀ ਦਬਾਅ ਪਾਉਣਾ ਬਿਲਕੁਲ ਇਹ ਗਲਤ ਸੀਗਾ। ਤੇ ਪਰ ਇਹ ਵੀ ਗੱਲ ਬਿਲਕੁਲ ਸਹੀ ਆ ਵੀ ਅਕਾਲੀ ਦਲ ਬਾਦਲ ਦਾ ਪਿਛਲੇ ਸਮੇਂ ਦਾ ਇਤਿਹਾਸ 1994 ਦਾ ਲਾ ਲਓ, 1999 ਦਾ ਲਾ ਲਓ, ਉਹਨਾਂ ਨੇ ਆਪੋ ਆਪਣੇ ਤਰੀਕੇ ਗੱਲ ਅਕਾਲ ਤਖ਼ਤ ਦੇ ਜਥੇਦਾਰਾਂ ਤੇ ਦਬਾਅ ਪਾਇਆ ਤੇ ਸਮੇਂ ਸਮੇਂ ਤੇ ਇਨਸਲਟ ਕਰਨ ਦੀ ਵੀ ਕੋਸ਼ਿਸ਼ ਕੀਤੀ ਆ। ਪਰ ਮੈਂ ਇਸ ਗੱਲ ਤੇ ਜਿਹੜਾ ਇਸ ਗੱਲ ਤੇ ਮੈਂ ਬਿਲਕੁਲ ਜਿਹੜਾ ਇਸ ਗੱਲ ਤੇ ਬੜਾ ਕਲੀਅਰ ਹਾਂ ਵੀ ਕਦੇ ਵੀ ਕੋਈ ਵੀ ਜਿਹੜਾ ਕੋਈ ਵੀ ਜਿਵੇਂ ਹੁਣ ਇਹਨਾਂ ਨੇ ਬਿਰਸਾ ਸਿੰਘ ਬਟੋਹਾ ਅਕਾਲੀ ਦਲ ਚ ਵਿਚਰ ਰਿਹਾ ਸੀਗਾ, ਉਹਨਾਂ ਦਾ ਮੁੱਖ ਸਪੋਕਸਮੈਨ ਸੀਗਾ, ਉੱਥੇ ਗੱਲ ਕਰਦੇ ਸੀਗੇ, ਤਾਂ ਜਿਵੇਂ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਦਲਾਂ ਨੂੰ, ਸੁਧਾਰ ਵਾਲਿਆਂ ਨੂੰ, ਦੂਜਿਆਂ ਨੂੰ ਲੈ ਕੇ ਇਸ ਅਕਾਲੀ ਦਲ ਦੀ ਇੱਕ ਤਰ੍ਹਾਂ ਨਾਲ ਪੁਨਰ ਸੁਰਜੀਤੀ ਵੱਲ ਤੇ ਪੁਰਾਣੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾ ਦੇਣ ਵੱਲ ਵੱਧ ਰਹੇ ਸੀਗੇ। ਤਾਂ ਮੇਰਾ ਨਿੱਜੀ ਤੌਰ ਤੇ ਮੰਨਣਾ ਵੀ ਇਹਨਾਂ ਨੂੰ ਸੰਕੇਤਕ ਜਿਹੜੀ ਆ ਸਜ਼ਾਵਾਂ ਸਜ਼ਾ ਦੇਣੀ ਚਾਹੀਦੀ ਸੀਗੀ, ਐਡੀ ਵੱਡੀ ਸਜ਼ਾ ਵੀ ਨਹੀਂ ਦੇਣੀ ਚਾਹੀਦੀ ਸੀਗੀ ਵੀ 10 ਸਾਲ ਲਈ ਇਹਨਾਂ ਨੂੰ ਬਾਹਰ ਕਰ ਦਿਓ, ਕਿਉਂਕਿ ਸੁੱਚਾ ਸਿੰਘ ਲੰਘਾ ਦਾ ਜਿਹੜਾ ਕ੍ਰਾਈਮ ਸੀਗਾ, ਸੁੱਚਾ ਸਿੰਘ ਲੰਘਾ ਨੇ ਬਿਲਕੁਲ ਉਹਨੇ ਵੱਡਾ ਜਿਹੜਾ ਦੂਆ ਜਿਹੜਾ ਕ੍ਰਾਈਮ ਰੇਪ ਵਾਲਾ ਕੀਤਾ ਸੀਗਾ ਉਹਦੇ ਚ ਵੀ ਜਿਹੜੀ ਉਹਦੀ ਸਜ਼ਾ ਉਹ ਬੇਸ਼ੱਕ ਉਹਨੂੰ 5 ਚੋਂ ਕੱਢਿਆ ਸੀਗਾ ਤੇ 5 ਸਾਲ ਦਾ ਉਹਦਾ ਉਹ ਵੀ ਦੂਏ ਲੁੱਟ ਵੀ ਸੀਗਾ, ਪਰ ਇੰਨਾ ਕਿਉਂਕਿ ਬਿਰਸਾ ਸਿੰਘ ਬਟੋਹਾ ਬੇਸ਼ੱਕ ਉਹ ਬੜਬੋਲਾ ਜਿਵੇਂ ਮਰਜ਼ੀ ਆ ਪਰ ਉਹਦੀ ਜਿਹੜੀ ਪਿਛਲਾ ਜਿਹੜਾ ਕਾਰਗੁਜ਼ਾਰੀ ਆ 1984 ਤੋਂ ਪਹਿਲਾਂ ਬੇਸ਼ੱਕ ਕਹਿੰਦੇ ਹੱਥ ਖੜੇ ਕਰਕੇ ਆਇਆ ਫਲਾਣਾ ਆਇਆ ਢਿਮਕਾ ਆਇਆ ਉਹ ਵੱਖਰਾ ਇਸ਼ੂ, ਕਿਉਂਕਿ ਉਹਦੇ 'ਚ ਬਹੁਤ ਸਾਰੇ ਹੋਰ ਵੀ ਵੱਡੇ ਵੱਡੇ ਲੀਡਰ ਸੀਗੇ ਜਿਹਨਾਂ ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬਣਾਉਂਦੇ ਰਹੇ ਹਾਂ। ਤੇ ਉਸ ਤੋਂ ਜੇਕਰ ਇਹ ਗੱਲਾਂ ਆਪਾਂ ਦੇਖੀਏ ਤਾਂ ਪਿਛਲੇ ਇਤਿਹਾਸ 'ਚ ਜਾਈਏ, ਸਰਬੱਤ ਖਾਲਸਾ ਦੇ ਸਮੇਂ ਦੀ ਆਪਾਂ ਗੱਲ ਕਰ ਲਈਏ, ਜਦੋਂ ਸਰਬੱਤ ਖਾਲਸਾ ਦਾ ਸੀਗਾ ਉਸ ਸਮੇਂ ਜਿਵੇਂ ਗਿਆਨੀ ਗੁਰਬਚਨ ਸਿੰਘ ਹੋਣਾ ਨੇ ਜੋ ਸਟੈਪ ਚੱਕਿਆ ਸੀਗਾ ਨਿਰੰਕਾਰ, ਉਹਨਾਂ ਰਾਮ ਰਹੀਮ ਨੂੰ ਮਾਫ਼ ਕਰਿਆ, ਕੱਢਤਾ, ਮਾਫ਼ ਕਰਿਆ, ਫਿਰ 90-95 ਲੱਖ ਦੇ ਇਸ਼ਤਿਹਾਰ ਲਾਏ ਗਏ ਤੇ ਸਰਬੱਤ ਖਾਲਸੇ ਦੇ ਉੱਥੇ ਜਿਹੜਾ ਚੰਬੇ ਦੀ ਧਰਤੀ ਦੇ 8-9 ਲੱਖ ਦਾ ਇਕੱਠ ਹੁੰਦਾ ਹੈ ਤੇ ਸ਼ਰਿਆਮ ਉੱਥੇ ਇਹਨਾਂ ਦੇ ਵਿਰੁੱਧ ਜਾ ਕੇ ਜਥੇਦਾਰਾਂ ਦੇ ਵਿਰੁੱਧ ਜਾ ਕੇ ਉੱਥੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ ਵੱਲੋਂ ਜਥੇਦਾਰ ਵੀ ਬਣਾਇਆ ਗਿਆ ਤੇ ਧਿਆਨ ਸਿੰਘ ਮਾਨ ਨੂੰ ਐਕਟਿੰਗ, ਦਾਦੂਵਾਲ ਸਾਹਿਬ ਤੇ ਅਮਰੀਕ ਸਿੰਘ ਜਨਾਲਾ ਬੇਸ਼ੱਕ ਉਹ ਸਾਰੇ ਆਪੋ ਆਪਣੇ ਸਮੇਂ ਤੇ ਉਹ ਭੱਜ ਗਏ ਤੇ ਇਕੱਲੇ ਜਥੇਦਾਰ ਹਵਾਰਾ ਤੇ ਜਿਹੜਾ ਧਿਆਨ ਸਿੰਘ ਮੰਡ ਅਜੇ ਰਹਿੰਦੇ ਆ। ਤੋਂ ਉਹ ਸ਼ਰਿਆਮ ਜਿੰਨੇ ਸਾਰੇ ਸੀਗੇ ਉਸ ਸਮੇਂ ਅਕਾਲੀ ਬਾਕੀ ਅਕਾਲੀ ਦਲ ਵੀ ਉਹ ਇਹਨਾਂ ਨੂੰ ਇਹ ਕਹਿੰਦੇ ਸੀਗੇ ਵੀ RSS ਦੇ ਅਨੁਸਾਰ ਸਰਕਾਰ ਦੇ ਅਨੁਸਾਰ ਉਹਨਾਂ ਅਨੁਸਾਰ ਚੱਲਦੇ ਆ, ਪਰ ਉਸ ਸਮੇਂ ਅਜਿਹਾ ਕੋਈ ਐਕਸ਼ਨ ਨਹੀਂ ਹੋਇਆ। ਤੇ ਇਹ ਵੀ ਜਿਹੜੀ ਹੁਣ RSS ਵਾਲੀ ਗੱਲ ਕਹੀ ਆ ਬੇਸ਼ੱਕ ਗਲਤ ਕਹੀ ਗਈ ਆ, ਉਹ ਕਰੀ ਗਈ ਆ, ਪਰ ਇਹ ਜਿਹੜਾ ਮੇਰਾ ਸੋਚਦਾ ਸੀਗਾ ਵੀ ਇਸ ਸਮੇਂ ਜਿਹੜਾ ਮੌਕਾ ਸੀਗਾ ਕੌਮ ਨੂੰ ਨੇੜੇ ਲਾਉਣ ਦਾ ਸੀਗਾ, ਐਡਾ ਵੱਡਾ ਜ਼ਬਰਦਸਤ ਜਿਹੜਾ ਫੈਸਲਾ ਹੈ ਉਹ ਮਤਲਬ 10 ਸਾਲ ਲਈ ਕਰ ਦਿਓ, ਉਹ ਕਰ ਦਿਓ, ਇਹਨਾਂ ਨੂੰ ਕੋਈ ਸੰਕੇਤਕ ਫੈਸਲਾ ਲੈਣਾ ਚਾਹੀਦਾ ਸੀਗਾ। ਮੇਰਾ ਖਿਆਲ ਆ ਉਹਦੇ ਖਿਲਾਫ ਜ਼ਰੂਰ ਲੈਣਾ ਚਾਹੀਦਾ ਸੀਗਾ, ਪਰ ਜਿਹੜਾ ਫੈਸਲਾ ਲਿਆ ਗਿਆ ਮੇਰੇ ਹਿਸਾਬ ਦੇ ਵਿੱਚ ਇਹ ਜ਼ਿਆਦਾ ਵੱਡਾ ਫੈਸਲਾ ਲਿਆ ਗਿਆ, ਇਹਦੇ ਨਾਲ ਅਕਾਲੀ ਦਲ ਦੇ ਵਿੱਚ ਹੋਰ ਜ਼ਿਆਦਾ ਦੁਵਿਧਾ ਪੈਦਾ। ਦੇਖੋ ਬਰਾੜ ਸਾਹਿਬ, ਗੱਲ ਇਹ ਹੈ ਜੇ ਤੁਸੀਂ ਜਿਸ ਤਰ੍ਹਾਂ ਦਾ ਐਕਸ਼ਨ ਕੀਤਾ ਹੈ, ਜਿਸ ਤਰ੍ਹਾਂ ਦੇ ਬੋਲੇ ਨੇ ਇਹ ਬਿਰਸਾ ਸਿੰਘ ਬਟੋਹਾ ਮੀਡੀਆ 'ਚ ਜਾ ਕੇ, ਮੇਰਾ ਵੀ ਖਿਆਲ ਜਿਹੜੇ ਤੁਸੀਂ ਸੰਕੇਤਕ ਫੈਸਲੇ ਨੇ ਤੁਹਾਨੂੰ ਤੱਕ ਪਹੁੰਚਾਇਆ ਕੌਣ, ਤੁਸੀਂ ਕਹਿੰਦੇ ਜ਼ਿਆਦਾ ਇਹਦਾ ਸੰਕੇਤ ਦਿੱਤਾ ਸੁਖਬੀਰ ਸਿੰਘ ਬਾਦਲ ਨੂੰ ਕਿ ਤੁਸੀਂ ਜਿਹੜਾ ਕੁਛ ਕਰ ਰਹੇ ਹੋ ਇਸ ਤਰ੍ਹਾਂ ਵੀ ਹੋ ਸਕਦਾ ਹੈ, ਜਿਹੜੀ ਤੁਸੀਂ ਮੰਗ ਕਰ ਰਹੇ ਹੋ ਧਾਰਮਿਕ ਸਜ਼ਾ ਦੀ, ਜਥੇਦਾਰ ਸਾਹਿਬਾਨ ਕੁਛ ਵੀ ਕਰ ਸਕਦੇ ਨੇ, ਉਹ ਸਿੱਖ ਕੌਮ ਨੇ ਜਿਹੜੀ ਸੀਟਾਂ ਤੇ ਉਹਨਾਂ ਨੂੰ ਬਿਠਾਇਆ ਹੈ ਉਹਨਾਂ ਦਾ ਸਤਿਕਾਰ ਕਾਇਮ ਰੱਖਣ ਲਈ ਸਖ਼ਤ ਫੈਸਲਿਆਂ ਦੀ ਲੋੜ ਹੈ। ਸਾਡੇ ਨਾਲ ਸੀਨੀਅਰ ਪੱਤਰਕਾਰ ਜਸਵੰਤ ਸਿੰਘ ਜੀ ਦੇ ਸਰਹੰਦ ਸਾਹਿਬ, ਉਹ ਕੀ ਸੋਚਦੇ ਨੇ ਸਰਹੰਦ ਸਾਹਿਬ? ਵਾਲੀਆ ਸਾਹਿਬ, ਜਿਹੜੀ ਕਿ ਗੱਲ ਬਿਰਸਾ ਸਿੰਘ ਬਟੋਹਾ ਦੀ ਹੈ ਉਹ ਬੜੀ ਗੰਭੀਰ ਤੇ ਬਹੁਤ ਹੀ ਸਹੀ ਵਕਤ ਤੇ ਲਿਆ ਗਿਆ ਫੈਸਲਾ, ਕਿਉਂਕਿ ਬਿਰਸਾ ਸਿੰਘ ਬਟੋਹਾ ਦੀ ਪਿਛੋਕੜ ਵੇਖੀਏ ਤਾਂ ਕਾਫੀ
ਇਹਨਾਂ ਦੇ ਸਾਥੀ ਵੀ ਤੇ ਫੈਡਰੇਸ਼ਨ ਵਾਲੇ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰੈਂਦ ਮਾਰ ਰਹੇ ਨੇ। ਉਹਨਾਂ ਦੀ ਸੋਚ ਤੇ ਸਰ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਦਲ ਦੀ ਸੋਚ ਦਾ ਬੜਾ ਫਰਕ ਹੈ। ਇਹ ਕਦੇ ਨਾ ਕਦੇ ਮਾਰ ਪੈਂਦੀ ਹੈ, ਕਹਿੰਦੇ ਰੱਬ ਸੋਟੀ ਨੀ ਮਾਰਦਾ, ਡਾਂਗ ਨੀ ਮਾਰਦਾ, ਮੱਤ ਮਾਰ ਦਿੰਦਾ। ਇਹਦੀ ਮੱਤ ਮਾਰੀ ਹੋਈ ਸੀ ਪਹਿਲਾਂ, ਮੈਂ ਅੰਮ੍ਰਿਤਪਾਲ ਦੇ ਖਿਲਾਫ ਬਹੁਤ ਕੁਛ ਬੋਲਿਆ, ਉੱਥੇ ਜਵਾਨਤ ਜ਼ਬਤ ਹੋਈ ਇਹਦੀ ਬਟੋਹੇ ਦੀ। ਤੇ ਹੁਣ ਜਿਹੜਾ ਇਹ ਗੁੰਡਾ ਰਿਹਾ ਜਾਂ ਅਕਾਲੀ ਦਲ ਦਾ ਕਹਿੰਦੇ ਨਾ ਆਪਾਂ, ਇਹ ਕੁਛ ਬੰਦੇ ਰੱਖੇ ਹੋਏ ਨੇ ਧਮਕਾਉਣ ਵਾਸਤੇ, ਡਰਾਉਣ ਵਾਸਤੇ। ਇਹਨਾਂ ਦੀਆਂ ਸ਼ਕਲਾਂ ਵੀ ਇਹੀਆਂ ਹੀ ਨੇ। ਤੇ ਇਹਨਾਂ ਦੇ ਜੇ ਆਪਾਂ ਦੇਖੀਏ ਨਾ, ਇਹ ਲੋਕ ਮਤਲਬ ਪ੍ਰਸਤ ਲੋਕ ਸੀ ਜੋ ਸੰਘਰਸ਼ ਨੂੰ ਛੱਡ ਕੇ, ਉਸ ਟਾਈਮ ਦੇ ਸੰਘਰਸ਼ ਨੂੰ ਅਲਵਿਦਾ ਕਹਿ ਕੇ ਛੱਡ ਕੇ ਭੱਜੇ ਨੇ ਉੱਥੋਂ ਸੰਘਰਸ਼ ਤੋਂ। ਬਾਦਲ ਦੀ ਸੋਚ ਸੰਤ ਜਰਨੈਲ ਸਿੰਘ ਪਿੰਡਰਾਂ ਨਾਲ ਨਹੀਂ ਰਲਦੀ ਸੀ। ਅੱਜ ਉਹਦੇ ਜਿਹੜੇ ਵਾਰਸ ਨੇ ਉਹ ਅੱਜ ਵੀ ਖੜੇ ਨੇ, ਪਰ ਇਹ ਕੁਰਸੀਆਂ ਦੇ ਲਾਲਚ ਚ ਪੈ ਗਏ, ਬਾਦਲ ਸਾਹਿਬ ਦੇ ਨਾਲ ਰਹੇ, ਬਾਦਲ ਸਾਹਿਬ ਦੇ ਉਹਨਾਂ ਗਲਤੀਆਂ ਨੂੰ ਵੀ ਹਾਂ ਕਰਦੇ ਰਹੇ ਜਿੱਥੇ ਕਿ ਉਹਨਾਂ ਸੁਮੇਰ ਸਿੰਘ ਸੈਣੀ ਵਰਗੇ ਲਾਏ, ਯਹਾਰ ਆਲਮ ਵਰਗੇ ਲਾਏ। ਹੋਰ ਇਹੋ ਜਿਹਾ ਘੋਰ ਪਾਪ ਹੋਇਆ ਨੌਜਵਾਨਾਂ ਦੇ ਕਤਲ, ਅੱਜ ਵੀ ਇਹਨਾਂ ਦੇ ਅਫਸਰ ਲੱਗੇ ਨੇ, ਦੋਸਤ ਨੇ, ਇਹਨਾਂ ਦੇ ਮਿੱਤਰ ਨੇ, ਇਹਨਾਂ ਦੇ ਰਿਸ਼ਤੇਦਾਰ ਵੀ ਨੇ। ਅਖਰ ਜੇ ਤੁਸੀਂ ਗਾਹਾਂ ਪਰੋਲੇ ਨੇ ਇਹਨਾਂ ਬਾਰੇ ਤਾਂ ਬਹੁਤ ਬਹੁਤ ਲੰਬੀ ਲੈਣ ਹੈ। ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਬਿਰਸਾ ਸਿੰਘ ਬਟਾਲਾ ਨੂੰ ਅੱਜ ਸਜ਼ਾ ਸੁਣਾ ਦਿੱਤੀ ਗਈ ਹੈ ਔਰ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਭੁੰਦੜ ਨੂੰ ਸਿੰਘ ਸਾਹਿਬਾਨ ਵੱਲੋਂ ਹੁਕਮ ਇਹ ਦਿੱਤਾ ਗਿਆ ਕਿ 24 ਘੰਟੇ ਦੇ ਅੰਦਰ ਅੰਦਰ ਇਹਨਾਂ ਨੂੰ ਪਾਰਟੀ ਤੋਂ ਬਾਹਰ ਕਰੋ ਤੇ 10 ਸਾਲ ਲਈ ਬਾਹਰ ਕਰੋ, ਘੱਟੋ ਘੱਟ 10 ਸਾਲ ਲਈ ਪਾਰਟੀ ਤੋਂ ਕੱਢੋ ਬਿਰਸਾ ਸਿੰਘ ਬਟੋਹਾ ਨੂੰ। ਇਹ ਮਿਸਾਲੀ ਸਜ਼ਾ ਸੁਣਾਈ ਹੈ ਸਿੰਘ ਸਾਹਿਬਾਨ ਨੇ। ਕਿਉਂ ਇਹ ਸਜ਼ਾ ਸੁਣਾਈ ਗਈ, ਇਹ ਇੰਨੀ ਸਖ਼ਤ ਸਜ਼ਾ ਦਾ ਕਾਰਨ ਕੀ ਹੈ? ਕਾਰਨ ਬੜਾ ਸਪਸ਼ਟ ਹੈ। ਪਿਛਲੇ ਦਿਨੀ ਬਿਰਸਾ ਸਿੰਘ ਬਟੋਹਾ ਨੇ ਜਿਸ ਤਰੀਕੇ ਨਾਲ ਮੀਡੀਆ ਚ ਆ ਕੇ ਸਿੰਘ ਸਾਹਿਬਾਨ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਆਲੋਚਨਾ ਕੀਤੀ, ਉਹਨਾਂ ਬਾਰੇ ਕਿਹਾ ਕਿ ਇਹ ਸਿੰਘ ਸਾਹਿਬਾਨ ਤੇ ਜਿਹੜੇ RSS ਪ੍ਰਭਾਵ ਪਾ ਰਹੀ ਹੈ, ਭਾਰਤੀ ਜਨਤਾ ਪਾਰਟੀ ਜਾਂ ਸਿੰਘ ਸਾਹਿਬਾਨ ਦਾ ਸੰਬੰਧ ਹੈ ਅਮਿਤ ਸ਼ਾਹ ਨਾਲ, ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਕਿਹਾ ਕਿ ਇਹ RSS ਨਾਲ ਔਰ ਅਮਿਤ ਸ਼ਾਹ ਨਾਲ ਇਹਨਾਂ ਦਾ ਸੰਬੰਧ ਹੈ, ਉਹਦੇ ਨਾਲ ਮੁਲਾਕਾਤਾਂ ਕਰਦੇ ਨੇ, ਬੜਾ ਕੁਛ ਉਹਨੇ ਅਜਿਹਾ ਕਿਹਾ। ਇੱਕ ਗੱਲ ਹੋਰ ਵੀ ਆਈ ਸੀ ਬਾਹਰ, ਉਹ ਇਹ ਸੀ ਕਿ ਪਤਾ ਲੱਗਿਆ ਕਿ ਇਹ ਜਦੋਂ ਗਿਆਨੀ ਰਘਵੀਰ ਸਿੰਘ ਦਾ ਪਤਾ ਲੈਣ ਗਏ, ਪਿੱਛੇ ਜਿਹੇ ਉਹਨੂੰ ਡੇਂਗੂ ਹੋ ਗਿਆ ਸੀ ਤੇ ਉੱਥੇ ਜਦੋਂ ਪਤਾ ਲੈਣ ਗਏ ਤੇ ਉੱਥੇ ਕਈ ਅਜਿਹੀਆਂ ਗੱਲਾਂ ਕੀਤੀਆਂ ਜਿਹਨੂੰ ਧਮਕਾਉਣ ਵਾਲੀਆਂ ਗੱਲਾਂ ਜਾਂ ਇਹ ਕਹੀਏ ਕਿ ਬੜਾ ਗੰਭੀਰ ਕਿਸਮ ਦੇ ਜਿਹੜੇ ਨਤੀਜੇ ਨਿਕਲਣ ਵਾਲੀਆਂ ਗੱਲਾਂ ਉੱਥੇ ਕਹੀਆਂ ਤੇ ਅੱਜ ਫਿਰ ਇਹ ਆਪਣਾ ਮਾਫ਼ੀ ਲੈਣਾ ਲੈ ਕੇ ਗਏ, ਭਾਵੇਂ ਕਿ ਇਹਨਾਂ ਨੇ ਬਾਹਰ ਤਾਂ ਇਹੀ ਕਿਹਾ ਕਿ ਮੈਂ ਸਪਸ਼ਟੀਕਰਨ ਦਿੱਤਾ ਹੈ, ਲੇਕਿਨ ਉੱਥੇ ਕਿਸੇ ਦਾ ਮਾਫ਼ੀ ਨਵਾਂ ਸੀ, ਪਰ ਸਿੰਘ ਸਾਹਿਬਾਨ ਨੇ ਮਾਫ਼ੀ ਕਬੂਲ ਨਹੀਂ ਕੀਤੀ ਤੇ ਇਹਨਾਂ ਨੂੰ ਸਜ਼ਾ ਸੁਣਾ ਦਿੱਤੀ। ਇਹ ਸਜ਼ਾ 10 ਸਾਲ ਪਾਰਟੀ ਤੋਂ ਕੱਢਣ ਦੀ। ਤੇ ਇੱਕ ਗੱਲ ਹੋਰ ਵੀ, ਇਹਨਾਂ ਨੇ ਕੰਡੀਸ਼ਨ ਲਾਤੀ ਸੀ ਸਿੰਘ ਸਾਹਿਬਾਨ ਤੇ, ਕਹਿੰਦੇ ਜਲਦੀ ਕਰੋ ਫੈਸਲਾ, ਉਹਨਾਂ ਦੀ ਕੁੜੀ ਦਾ ਵਿਆਹ, ਉਹਨਾਂ ਨੇ ਜਿਹੜੇ ਹੈਰਿਸ ਬਾਦਲ ਸਾਹਿਬ ਨੂੰ ਬੜਾ ਡਿਲੇ ਕਰ ਰਹੇ ਹੋ, ਧਾਰਮਿਕ ਸਜ਼ਾ ਸੁਣਾਓ, ਜਿੰਨੀ ਸਭ ਤੋਂ ਸਖ਼ਤ ਸੁਣਾਉਣੀ ਹੈ, ਜਿੰਨੀ ਉਹਨਾਂ ਤੇ ਸ਼ਰਤ ਲਾਤੀ ਧਾਰਮਿਕ ਸਜ਼ਾ ਸੁਣਾਓ। ਤੇ ਲੋਕ ਇਹ ਸੋਚ ਰਹੇ ਸੀ ਵੀ ਇਹ ਕੌਣ ਨੇ ਸਿੰਘ ਸਾਹਿਬਾਨ ਨੂੰ ਡਿਕਟੇਟ ਕਰਨ ਵਾਲੇ, ਇਹ ਵੀ ਗੱਲ ਅੱਗੇ ਆਈ ਸੀ। ਤੇ ਮੀਰੀ ਪੀਰੀ ਦੇ ਸਥਾਨ ਤੇ ਸੀਟ ਤੇ ਬੈਠੇ ਸਿੰਘ ਸਾਹਿਬਾਨ ਨੇ ਜਿਹੜਾ ਫੈਸਲਾ ਲਿਆ ਉਹਦੇ ਬਾਰੇ ਕਾਫੀ ਲੋਕ ਜਿਹੜੇ ਪ੍ਰਤੀਕਿਰਿਆਵਾਂ ਦੇ ਰਹੇ ਨੇ ਤੇ ਜ਼ਿਆਦਾਤਰ ਪ੍ਰਤੀਕਿਰਿਆਵਾਂ ਸਰਦਾਰ ਲਹਿਰ ਤੇ ਹੋਰ ਸਿੱਖ ਵਿਦਵਾਨਾਂ ਵੱਲੋਂ ਆ ਰਹੀਆਂ ਨੇ। ਫੈਸਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ, ਅਕਾਲੀ ਦਲ ਚੁੱਪ ਹਾਲ ਦੀ ਘੜੀ, ਲੇਕਿਨ ਬਲਵਿੰਦਰ ਸਿੰਘ ਭੁੰਦੜ ਨੇ ਇਹ ਕਿਹਾ ਸੀ ਅਸੀਂ ਸਿਰ ਮਾ ਕੇ ਇਹ ਫੈਸਲਾ ਮੰਨਾਂਗੇ। ਇਹ ਤੇ ਅੱਜ ਆਪਾਂ ਚਰਚਾ ਕਰਨੀ ਹੈ ਤੇ ਚਰਚਾ ਕਰਨ ਲਈ ਸਾਡੇ ਨਾਲ ਜਿਹੜੇ ਵਿਦਵਾਨ ਪੈਨਲਿਸਟ ਜੁੜੇ ਨੇ ਉਹਨਾਂ ਦੇ ਵਿੱਚ ਸਿੱਖ ਚਿੰਤਕ ਸਰਦਾਰ ਉਪਜੀਤ ਸਿੰਘ ਬਰਾੜ ਸਾਹਿਬ ਸਾਡੇ ਨਾਲ ਨੇ, ਨਾਲ ਸਾਡੇ ਜਸਵੰਤ ਸਿੰਘ ਸਰੰਦ ਸਾਹਿਬ ਨੇ ਸੀਨੀਅਰ ਪੱਤਰਕਾਰ, ਤੇ ਪ੍ਰਿਤਪਾਲ ਸਿੰਘ ਪੰਨੂ ਸਾਹਿਬ ਐਡਵੋਕੇਟ ਸਾਡੇ ਨਾਲ ਜੁੜੇ ਨੇ ਕਰਨਾਲ ਤੋਂ, ਤੇ ਦੋ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਕਹਿ ਸਕਦੇ ਹਾਂ ਅਸੀਂ ਜਿਹੜੇ ਸਾਡੇ ਨਾਲ ਸ਼ਾਮਿਲ ਨੇ, ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਨੂੰ ਸਾਡੀ ਡਿਬੇਟ ਦੇ ਵਿੱਚ ਆਉਣ ਤੋਂ ਨਾ ਕਰ ਦਿੱਤੀ ਹੈ। ਤੇ ਸਾਡੇ ਨਾਲ ਸ਼ਾਮਿਲ ਨੇ ਮਾਸਟਰ ਮਿੱਠੂ ਸਿੰਘ ਖਾਨੇਕੇ,
ਇਹ ਵੀ ਕੱਲ ਵੀ ਇਹਨਾਂ ਨੇ ਇੱਕ ਲੈਟਰ ਲਿਖੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਸੀਨੀਅਰ ਲੀਡਰ ਨੇ ਇਹਨਾਂ ਨੇ ਇਹ ਕਿਹਾ ਸੀ ਤਿੰਨ ਹੋਰ ਜਿਹੜੇ ਮੈਂਬਰਸ ਨਾਲ ਜਿਹਦੇ ਚ ਇਹਨਾਂ ਨੇ ਸਰਬੀਰ ਸਿੰਘ ਬਾਦਲ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ਼ ਕੁਛ ਦੋਸ਼ ਲਾਏ ਸੀ ਕਿ ਉਹ ਉਲੰਘਣਾ ਕਰ ਰਹੇ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ। ਉਹ ਮਾਸਟਰ ਮਿੱਠੂ ਸਿੰਘ ਸਾਡੇ ਨਾਲ ਨੇ ਤੇ ਨਾਲ ਸਾਡੇ ਅਕਾਲੀ ਦਲ ਸੁਤੰਤਰ ਤੋਂ ਸਰਦਾਰ ਪਰਮਜੀਤ ਸਿੰਘ ਸੋਖੀ ਸ਼ਾਮਿਲ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਲ। ਇਹ ਸਾਰੀ ਗੱਲਬਾਤ ਚ ਪੰਨੂ ਸਾਹਿਬ ਮੈਂ ਤੁਹਾਡੇ ਤੋਂ ਗੱਲ ਸ਼ੁਰੂ ਕਰਦਾ ਕਿ ਕਿਵੇਂ ਲੱਗਿਆ ਤੁਹਾਨੂੰ ਇਹ ਫੈਸਲਾ? ਤੁਸੀਂ ਬਿਲਕੁਲ ਨਿਰਪੱਖ ਤੇ ਇੱਕ ਹਰਿਆਣਾ ਸਿੱਖ ਏਕਤਾ ਦਲ ਦੇ ਇੱਕ ਉੱਘੇ ਲੀਡਰ ਵੱਲੋਂ ਸਾਡੇ ਨਾਲ ਸ਼ਾਮਿਲ ਹੋ, ਕਿਵੇਂ ਦੇਖ ਰਹੇ ਹੋ ਫੈਸਲੇ? ਗੱਲਿਆਂ ਵਾਲੀਆ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜੀ ਹੈ ਉਹ ਸਿੱਖਾਂ ਦੀ ਸਿਰਮੋਰ ਸਮਝ ਸਕਦੇ ਹੋ ਕਿ ਇੱਕ ਸਥਾਨ ਐਸਾ ਹੈ ਜਿਹਦੀ ਸਥਾਪਨਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਕਾਲ ਬੁੰਗੇ ਦੇ ਰੂਪ ਵਿੱਚ ਕੀਤੀ ਸੀ। ਪਹਿਲਾਂ ਅਕਾਲ ਬੁੰਗਾ ਵੱਜਦਾ ਸੀ, ਬਾਅਦ ਵਿੱਚ ਇਹਦਾ ਨਾਮ ਜਿਹੜਾ ਉਹ ਅਕਾਲ ਤਖ਼ਤ ਸਾਹਿਬ ਰੱਖਿਆ ਗਿਆ। ਸਿੱਖਾਂ ਦੇ ਜਿਹੜੇ ਮਸਲੇ ਨੇ, ਜਿਹੜੇ ਸਿੱਖਾਂ ਦੇ ਧਾਰਮਿਕ ਮਸਲੇ ਨੇ ਜਾਂ ਸਿੱਖਾਂ ਦੇ ਜਿਹੜੇ ਵੱਡੇ ਫੈਸਲੇ ਨੇ, ਉਹ ਸ਼ੁਰੂ ਤੋਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਜਾਂਦੇ ਰਹੇ ਆ। ਬੜੇ ਲੰਬੇ ਸਮੇਂ ਤੋਂ ਇੱਕ ਕੌਮ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਇੱਕ ਕਹਿ ਸਕਦੇ ਹੋ ਕਿ ਉਦਾਸੀਨਤਾ ਸੀ, ਜਾਂ ਕੌਮ ਦੇ ਵਿੱਚ ਬੜੀ ਇੱਕ ਵਿਚਿੱਤਰ ਜੀ ਤੁਸੀਂ ਕਹਿ ਸਕਦੇ ਹੋ, ਅਜੀਬ ਜੀ ਇੱਕ ਤਕਲੀਫ ਸੀ ਇਸ ਗੱਲ ਨੂੰ ਲੈ ਕੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਬਾਕੀ ਤਖ਼ਤਾਂ ਦੇ ਜਿਹੜੇ ਜਥੇਦਾਰ ਹੈ ਉਹ ਬਣਦਾ ਰੋਲ ਨਹੀਂ ਨਿਭਾ ਰਹੇ। ਕੌਮ ਦੇ ਲੀਡਰ ਜਿਹੜੇ ਨੇ, ਚਾਹੇ ਉਹ ਅਕਾਲੀ ਦਲ ਹੈ ਜਾਂ ਹੋਰ ਜਿਹੜੇ ਧਾਰਮਿਕ ਜਥੇਬੰਦੀਆਂ ਦੇ ਲੀਡਰ ਨੇ, ਉਹ ਆਪ ਖੁਦਰੀਆਂ ਕਰ ਰਹੇ ਨੇ, ਮਰਿਆਦਾਵਾਂ ਦਾ ਘਾਣ ਕਰ ਰਹੇ ਨੇ, ਲੇਕਿਨ ਤਖ਼ਤਾਂ ਦੇ ਜਥੇਦਾਰਾਂ ਨੂੰ ਜੋ ਫੈਸਲੇ ਲੈਣੇ ਚਾਹੀਦੇ ਨੇ ਉਹ ਫੈਸਲੇ ਨਹੀਂ ਲੈ ਰਹੇ। ਇਹ ਬੜੇ ਲੰਬੇ ਸਮੇਂ ਤੋਂ ਕੌਮ ਨੂੰ ਲੱਗਦਾ ਸੀ। ਇਹ ਜਿਹੜਾ ਪਹਿਲੀ ਵਾਰੀ ਹੋਇਆ ਨੇ ਤੇ ਅੱਜ ਤੱਕ ਅਸੀਂ ਬੜੇ ਲੰਬੇ ਟਾਈਮ ਤੋਂ ਇਹ ਦੇਖਦੇ ਆ ਰਹੇ ਹਾਂ ਕਿ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ ਦਾ ਜਿਵੇਂ ਦਾ ਫਰਮਾਨ ਆਉਂਦਾ ਸੀ ਉਦਾਂ ਦਾ ਹੀ ਹੁਕਮਨਾਮਾ ਆ ਜਾਂਦਾ ਸੀ। ਕਿਧਰੇ ਨਾ ਕਿਧਰੇ ਨਜ਼ਰ ਆਉਂਦਾ ਸੀ ਕਿ ਜਿਹੜੇ ਤਖ਼ਤਾਂ ਦੇ ਜਥੇਦਾਰ ਨੇ ਉਹ ਅਕਾਲੀ ਦਲ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਦਬਾਅ ਥੱਲੇ ਕੰਮ ਕਰ ਰਹੇ ਹੈ। ਸੋ ਸੰਗਤਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬੜਾ ਰੋਸ ਸੀ। ਮੈਨੂੰ ਇਹ ਲੱਗਦਾ ਕਿ ਇਹ ਪਹਿਲੀ ਵਾਰੀ ਜਿਹੜਾ ਇੱਕ ਬੜੇ ਲੰਬੇ ਸਮੇਂ ਬਾਅਦ, ਕਿਉਂਕਿ ਜਿਹੜੀ ਪੁਰਾਣੀ ਪਰੰਪਰਾ ਰਹੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੀ, ਜਥੇਦਾਰ ਅਕਾਲੀ ਫੂਲਾ ਸਿੰਘ ਦੀ ਜਿਹੜੀ ਪਰੰਪਰਾ ਰਹੀ ਹੈ ਕਿ ਅਗਰ ਮਹਾਰਾਜਾ ਰਣਜੀਤ ਸਿੰਘ ਨੇ ਵੀ ਮਾੜਾ ਕੰਮ ਕੀਤਾ ਹੈ ਤੇ ਉਹਨਾਂ ਨੂੰ ਵੀ ਉੱਥੇ ਬੁਲਾ ਕੇ ਕੋੜੇ ਲਾਉਣ ਦੀ ਸਜ਼ਾ ਦੇਣ ਵਾਲੀ, ਹਾਲੀ ਉਸ ਲੈਵਲ ਤੱਕਣ ਤੇ ਨਹੀਂ ਪਹੁੰਚੇ, ਪਰ ਇੱਕ ਚੰਗੀ ਸ਼ੁਰੂਆਤ ਹੋਈ ਹੈ ਕਿ ਅਗਰ ਕੋਈ ਬੰਦਾ ਜਿਹੜਾ ਅਵਾ ਤਵਾ ਬੋਲਦਾ ਹੈ ਬਿਨਾਂ ਕਿਸੇ ਪ੍ਰੂਫ ਤੋਂ, ਇਹ ਇੱਕ ਸਾਡੀ ਪਰੰਪਰਾ ਬਣਦੀ ਜਾ ਰਹੀ ਹੈ ਕਿ ਅਸੀਂ ਕਿਸੇ ਦੇ ਉੱਤੇ ਕੋਈ ਵੀ ਇਲਜ਼ਾਮ ਲਾ ਦਿੰਦੇ ਹਾਂ, ਅਸੀਂ ਕਿਸੇ ਦੀ ਵੀ ਕਿਰਦਾਰ ਕੁਸ਼ੀ ਕਰ ਦਿੰਦੇ ਹਾਂ, ਨਾ ਸਾਡੇ ਕੋਲ ਉਹਦੇ ਬਾਰੇ ਕੋਈ ਪ੍ਰੂਫ ਹੁੰਦਾ ਹੈ, ਨਾ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ, ਇੱਕ ਸੁਣੀ ਸੁਣਾਈ ਗੱਲ ਦੇ ਉੱਤੇ ਅਸੀਂ ਕਿਸੇ ਦੀ ਵੀ ਕਿਰਦਾਰ ਕੁਸ਼ੀ ਕਰ ਦਿੰਦੇ ਹਾਂ। ਪਿੱਛੇ ਵੀ ਇਹੋ ਜਿਹੇ ਕਈ ਤਖ਼ਤਾਂ ਦੇ ਜਥੇਦਾਰਾਂ ਦੇ ਪਹਿਲਾਂ ਵੀ ਇਦਾਂ ਦੇ ਇਲਜ਼ਾਮ ਲੱਗੇ ਜਿਹਨੂੰ ਲੈ ਕੇ ਉਹਨਾਂ ਨੂੰ ਤਖ਼ਤਾਂ ਦੀ ਜਥੇਦਾਰੀ ਤੋਂ ਵਾਂਝੇ ਵੀ ਕੀਤਾ ਗਿਆ। ਤਖ਼ਤ ਪਟਨਾ ਸਾਹਿਬ ਤੇ ਹੋਰ ਕਈ ਜਗ੍ਹਾ ਅਜਿਹੀਆਂ ਗੱਲਾਂ ਹੋਈਆਂ ਕਿ ਤਖ਼ਤਾਂ ਦੇ ਜਥੇਦਾਰਾਂ ਨੂੰ ਉਹਨਾਂ ਦੀ ਜ਼ਿੰਮੇਦਾਰੀਆਂ ਤੋਂ ਵਾਂਝੇ ਵੀ ਕੀਤਾ ਗਿਆ। ਔਰ ਬਾਅਦ ਜਦੋਂ ਇਨਕੁਆਇਰੀ ਹੁੰਦੀ ਹੈ, ਇਨਕੁਆਇਰੀ ਦੇ ਵਿੱਚ ਕੁਛ ਵੀ ਨਿਕਲਦਾ ਨਹੀਂ, ਕਹਿੰਦੇ ਜੀ ਕਲੀਨ ਚਿੱਟ ਦੇ ਦਿੱਤੀ ਗਈ, ਲੇਕਿਨ ਜਿਹੜੀ ਉਹ ਕਿਰਦਾਰ ਕੁਸ਼ੀ ਕਿਸੇ ਦੀ ਕਰ ਦਿੱਤੀ ਜਾਂਦੀ ਹੈ ਉਹ ਵਾਪਸ ਨਹੀਂ ਆ ਸਕਦੀ। ਸੋ ਮੈਨੂੰ ਇਹ ਲੱਗਦਾ ਕਿ ਵਿਰਸਾ ਸਿੰਘ ਬਲਟੋਹਾ ਨੇ ਜੋ ਕੰਮ ਕੀਤੇ, ਜੋ ਉਹਨਾਂ ਦੇ ਇਲਜ਼ਾਮ ਲਾਏ, ਅੱਜ ਜੋ ਸਜ਼ਾ ਦੇਣ ਲੱਗੇ ਇਲਜ਼ਾਮ ਲਾਏ ਗਏ ਹੈ, ਉਹ ਬੜੇ ਗੰਭੀਰ ਜਿਹੜੇ ਹੈ, ਬਹੁਤ ਜ਼ਿਆਦਾ ਮੈਂ ਸਮਝਦਾ ਕਿ ਵਿਚਾਰਨ ਵਾਲੇ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਆਰੋਪ ਲੱਗੇ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਘਰ ਜਾ ਕੇ ਧਮਕਾਉਣਾ ਇੱਕ ਕਿਸਮ ਦਾ, ਕਿ ਤੁਸੀਂ ਫੈਸਲਾ ਛੇਤੀ ਕਰੋ ਇੱਕ ਕਿਸਮ ਦਾ, ਉਹਨਾਂ ਨੂੰ ਇਸ਼ਾਰਾ ਕਰਨਾ ਕਿ ਤੁਸੀਂ ਫੈਸਲਾ ਸਾਡੇ ਮਨ ਮੁਆਫਿਕ ਕਰੋ, ਨਹੀਂ ਤਾਂ ਤੁਹਾਨੂੰ ਹਟਾਇਆ ਵੀ ਜਾ ਸਕਦਾ ਹੈ ਜੋ ਅੱਜ ਤੱਕ ਉਹ ਕਰਦੇ ਆਏ ਹੈ। ਦੂਜਾ ਜਿਹੜਾ ਉਹਨਾਂ ਦੀ ਰਿਕਾਰਡਿੰਗ ਕਰਨੀ, ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਇੱਕ ਪਾਸੇ ਤਾਂ ਕਹਿੰਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਵਾਸਤੇ ਸਭ ਤੋਂ ਜ਼ਿਆਦਾ ਸਤਿਕਾਰ ਵਾਲੀ ਜਗ੍ਹਾ ਹੈ। ਦੇਖੋ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਉਹ ਤੇ ਹੈ ਹੀ ਨਹੀਂ, ਲੇਕਿਨ ਸਿੱਖ ਸੰਸਥਾਵਾਂ ਦੇ ਵਿੱਚੋਂ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਤਿਕਾਰ ਦਿੰਦੇ ਹਾਂ ਤੇ ਬਾਕੀ ਤਖ਼ਤਾਂ ਨੂੰ ਸਤਿਕਾਰ ਦਿੰਦੇ ਹਾਂ। ਤੇ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਾਲ ਗੱਲਬਾਤ ਨੂੰ ਰਿਕਾਰਡਿੰਗ ਕਰਨਾ, ਜਿਹੜਾ ਆਰੋਪ ਲੱਗਿਆ ਕਿ ਉਹਨਾਂ ਨੇ ਰਿਕਾਰਡਿੰਗ ਕੀਤੀ, ਉਸ ਤੋਂ ਬਾਅਦ ਇਦਾਂ ਦੇ ਹੋਰ ਤਰ੍ਹਾਂ ਦੇ ਕਈ ਆਰੋਪ ਲਗਾਉਣੇ ਜਿਨ੍ਹਾਂ ਨੂੰ ਬਾਅਦ ਚ ਕਹਿ ਦੇਣਾ ਜੀ ਮੈਂ ਤਾਂ ਸੁਣੀ ਸੁਣਾਈ ਗੱਲ ਕੀਤੀ ਹੈ, ਉਹਨਾਂ ਦਾ ਕਿਸੇ ਤਰ੍ਹਾਂ ਦਾ ਪ੍ਰੂਫ ਨਾ ਹੋਣਾ। ਸੋ ਮੈਨੂੰ ਇਹ ਲੱਗਦਾ ਕਿ ਸਖ਼ਤ ਸੰਦੇਸ਼ ਜਿਹੜਾ ਉਹ ਦਿੱਤਾ ਗਿਆ, ਦਿੱਤਾ ਵੀ ਜਾਣਾ ਚਾਹੀਦਾ ਹੈ, ਲੇਕਿਨ ਇਹ ਸਖ਼ਤ ਸੰਦੇਸ਼ ਇਹ ਨਾ ਹੋਵੇ ਵੀ ਇੱਥੇ ਹੀ ਹੋ ਜੇ। ਹਾਲੀ ਜਿਹੜੀ ਬਾਕੀ ਜਿਹੜੇ ਨੇ, ਚਾਹੇ ਉਹ ਸੁਖਬੀਰ ਬਾਦਲ ਹੈ ਜਾਂ ਕੋਈ ਹੋਰ ਹੈ, ਜਿਨ੍ਹਾਂ ਨੇ ਕੌਮ ਦੇ ਪ੍ਰਤੀ ਜਿਹੜੀਆਂ ਨੇ ਬੜੀਆਂ ਵੱਡੀਆਂ ਉਣਤਾਈਆਂ ਕੀਤੀਆਂ ਹੋਈਆਂ ਨੇ, ਉਹਨਾਂ ਦੀਆਂ ਉਣਤਾਈਆਂ ਵੀ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਉਹ ਸਾਬਤ ਹੋ ਚੁੱਕੀਆਂ ਨੇ। ਦੇਖੋ ਤਨਖਾਹੀਆ ਕਿਸੇ ਨੂੰ ਉਦੋਂ ਹੀ ਘੋਸ਼ਿਤ ਕੀਤਾ ਜਾਂਦਾ ਹੈ ਜਦੋਂ ਪ੍ਰਾਈਮਾ ਫੈਸਾਈਆ ਨਜ਼ਰ ਆਉਂਦਾ ਹੈ ਕਿ ਜੋ ਇਹਦੇ ਤੇ ਆਰੋਪ ਲਗਾਏ ਗਏ ਨੇ ਉਹ ਆਰੋਪ ਕਿਧਰੇ ਨਾ ਕਿਧਰੇ ਸੱਚੇ ਨਜ਼ਰ ਆ ਰਹੇ ਨੇ। ਸੋ ਜੇ ਉਹ ਆਰੋਪ ਸੱਚੇ ਨੇ ਤੇ ਉਹ ਆਰੋਪ ਬੜੇ ਗੰਭੀਰ ਨੇ, ਉਹਦੇ ਚ ਵੀ ਸਜ਼ਾ ਜਿਹੜੀ ਹੈ ਉਸੇ ਤਰੀਕੇ ਦੀ ਹੋਣੀ ਚਾਹੀਦੀ ਹੈ
ਇਹ ਨਾ ਹੋਏ ਕਿ ਉਹਨਾਂ ਦੀ ਸਜ਼ਾ ਜਿਹੜੀ ਹੈ ਉਹ ਮਾੜੇ ਮੋਟੇ ਭਾਂਡੇ ਮਾਂਜਣ ਦੀ ਜਾਂ ਜਿੱਦਾਂ ਦੀ ਅੱਜ ਤੱਕ ਕਰਦੇ ਆਏ ਉਹ ਕਰਕੇ ਉਹਨਾਂ ਨੂੰ ਬਖਸ਼ ਦਿੱਤਾ ਜਾਵੇ, ਇਹ ਨਹੀਂ ਹੋਣਾ ਚਾਹੀਦਾ। ਸੰਗਤ ਜਿਹੜੀ ਹੈ ਬੜੀ ਕਲੋਜਲੀ ਵਾਚ ਕਰ ਰਹੀ ਹੈ ਕਿ ਜਿਹੜੇ ਬਾਕੀ ਗੁਨਾਹਗਾਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਲਗਾਈ ਜਾਂਦੀ ਹੈ। ਸੋ ਮੈਨੂੰ ਇਹ ਲੱਗਦਾ ਕਿ ਇਹ ਠੀਕ ਸ਼ੁਰੂਆਤ ਹੋਈ ਹੈ, ਏਦਾਂ ਦਾ ਸਖ਼ਤ ਸੰਦੇਸ਼ ਜਿਹੜਾ ਜਾਣਾ ਬਹੁਤ ਜ਼ਰੂਰੀ ਹੈ। ਇਸ ਸਖ਼ਤ ਸੰਦੇਸ਼ ਦੇ ਨਾਲ ਹੀ ਜਿਹੜਾ ਮੈਂ ਸਮਝਦਾ ਕਿ ਜਿਹੜੀ ਆਪ ਉਦਰੀਆਂ ਨੇ ਉਹ ਰੁਕਣਗੀਆਂ, ਕਿਧਰੇ ਨਾ ਕਿਧਰੇ ਕੌਮ ਦਾ ਜਿਹੜਾ ਪੁਰਾਣਾ ਵਕਾਰ ਸੀ ਉਹਨੂੰ ਬਹਾਲ ਕਰਨ ਵਿੱਚ ਮਦਦ ਮਿਲੇਗੀ। ਸੋ ਮੈਂ ਤਾਂ ਇਹਦੀ ਤਾਇਦ ਕਰਦਾ ਕਿ ਜਿਹੜਾ ਬਿਲਕੁਲ ਸਹੀ ਫੈਸਲਾ ਲਿਆ ਗਿਆ। ਦੋ ਗੱਲਾਂ ਦੇਖੋ, ਜਿਹੜੀ ਗੱਲ ਇੱਕ ਨਜ਼ਰ ਆਉਂਦੀ ਹੈ, ਜਿਵੇਂ ਇਹ ਬਿਰਸਾ ਸਿੰਘ ਬਟੋਹਾ ਨੂੰ ਜਿਹੜੀ ਮੈਂ ਸ਼ੁਰੂ ਚ ਗੱਲ ਕੀਤੀ ਹੈ ਵੀ ਕੋਰ ਕਮੇਟੀ ਚ 11 ਮੈਂਬਰੀ ਵਫ਼ਦ ਦਾ ਬਣਾਉਣਾ ਤੇ ਵੀ ਇਹ ਜਲਦੀ ਸੁਣਾਓ, ਜਲਦੀ ਮੀਟਿੰਗ ਕਰੋ ਤੇ ਆਪ ਕਹਿਣਾ ਜਲਦੀ ਮੀਟਿੰਗ ਕਰੋ, ਇਹਦਾ ਮਤਲਬ ਕਿ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਇਸ ਕਿਸਮ ਦੀ ਆਦਤ ਜਾਂ ਇਸ ਕਿਸਮ ਦਾ ਤਜਰਬਾ ਸੀ ਕਿ ਜਥੇਦਾਰਾਂ ਨੂੰ ਕਿਵੇਂ ਧਮਕਾਉਣਾ, ਕਿਵੇਂ ਉਹਨਾਂ ਨੂੰ ਉਹਨਾਂ ਤੋਂ ਮਜਬੂਰ ਕਰਕੇ ਫੈਸਲੇ ਕਰਾਉਣੇ ਨੇ। ਰਾਮ ਰਹੀਮ ਦਾ ਵੀ ਇਹੀ ਕੀਤਾ ਸੀ, ਹੁਣ ਉਹ ਵੀ ਤਰੀਕਾ ਇੱਥੇ ਵਰਤਣ ਦੀ ਕੋਸ਼ਿਸ਼, ਇਹ ਵੀ ਲੋਕ ਕਹਿ ਰਹੇ ਨੇ ਕਿ ਉਹ ਤਰੀਕਾ ਵਰਤਿਆ ਗਿਆ ਸੀ ਕਿ ਜਿਵੇਂ ਪਹਿਲਾਂ ਕਿਹਾ ਉਵੇਂ ਇਹਨਾਂ ਕੋਲ ਜਾਓ। ਹੁਣ ਪਹਿਲਾਂ ਤਾਂ ਚਲੋ ਗਿਆਨੀ ਗੁਰਬਖਸ਼ ਸਿੰਘ ਨੇ ਦੱਸਤਾ ਸਾਨੂੰ ਵੀ ਕਿਸ ਤਰੀਕੇ ਨਾਲ ਹੋਇਆ, ਬਾਕੀ ਵੱਖਰੀ ਗੱਲ ਇਹਦਾ ਮਤਲਬ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਜਥੇਦਾਰਾਂ ਨੂੰ ਧਮਕਾਉਣ ਜਾਂ ਦਬਾਅ ਪਾਉਣ ਚ ਕਾਮਯਾਬ ਹੋਏ ਸੀ ਸੁਖਬੀਰ ਸਿੰਘ ਬਾਦਲ, ਇਹ ਵੀ ਕੋਸ਼ਿਸ਼ ਸੀ। ਤੇ ਹੁਣ ਜਿਸ ਤਰੀਕੇ ਨਾਲ ਇਹ ਕਿਹਾ ਗਿਆ ਕਿ ਧਾਰਮਿਕ ਫੈਸਲੇ ਹੀ ਸੁਣਾਓ ਤੇ ਉਹਨਾਂ ਨੇ ਆਹ ਫੈਸਲਾ ਕਰਕੇ ਦਿਖਾਤਾ, ਕਿਉਂਕਿ ਉਹ ਸੀਟ ਤੇ ਬੈਠੇ ਨੇ ਜਿੱਥੇ ਜਿਹਨੂੰ ਮੀਰੀ ਪੀਰੀ ਕਹਿੰਦੇ ਦੋਨੇ ਨੇ, ਕੱਲਾ ਤੁਸੀਂ ਧਾਰਮਿਕ ਕਰ ਨਾਲੇ ਤੁਸੀਂ ਜਥੇਦਾਰਾਂ ਨੂੰ ਡਿਪੇਟ ਕੌਣ ਕਰ ਰਿਹਾ, ਕਰ ਸਕਦਾ ਜਾਂ ਕਰਨਾ ਚਾਹੀਦਾ ਕਿਸ ਨੂੰ, ਇਹ ਵੀ ਇੱਕ ਵੱਡਾ ਸਵਾਲ ਸੀ। ਤੇ ਇਸ ਅੱਜ ਇੱਕ ਹੋਰ ਜਿਹੜੀ ਤੁਸੀਂ ਵੀ ਪੁਆਇੰਟ ਉਠਾਇਆ ਪੰਨੂ ਸਾਹਿਬ ਕਿ ਰਿਕਾਰਡਿੰਗ ਜਿਹੜੀ ਹੁੰਦੀ ਹੈ ਨਾ ਬਿਨਾਂ ਪਰਮਿਸ਼ਨ ਤੋਂ, ਇਹ ਵੀ ਗਲਤ ਹੈ, ਇਹ ਵੀ ਗੁਨਾਹ, ਇਹ ਵੀ ਕ੍ਰਾਈਮ ਹੁੰਦਾ, ਉਹ ਵੀ ਗਲਤ ਹੋਇਆ। ਸੋ ਫੈਸਲਾ ਸੱਚੀ ਗੱਲ ਹੈ ਕਿ ਬਹੁਤ ਦਿਨਾਂ ਬਾਅਦ ਇਸ ਤਰ੍ਹਾਂ ਦਾ ਫੈਸਲਾ ਆਇਆ। ਉਪਜੀਤ ਸਿੰਘ ਬਰਾੜ ਸਾਹਿਬ, ਪ੍ਰੋਫੈਸਰ ਸਾਹਿਬ, ਇਹ ਜਿਹੜਾ ਫੈਸਲਾ ਆਇਆ ਬੇਸ਼ੱਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਿਰਸਾ ਸਿੰਘ ਬਟੋਹਾ ਜਿਸ ਹਿਸਾਬ ਦੇ ਨਾਲ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਬਿਲਕੁਲ ਗਲਤ ਕਰ ਰਿਹਾ ਸੀਗਾ, ਕਿਉਂਕਿ ਕਿਸੇ ਵੀ ਦੁਨਿਆਵੀ ਅਦਾਲਤ ਨੂੰ ਵੀ ਜੇ ਆਪਾਂ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੇ ਵੀ ਜਿਹੜਾ ਫੈਸਲਾ ਉਹਦੇ ਖਿਲਾਫ ਉਹ ਐਕਸ਼ਨ ਅਦਾਲਤ ਨੂੰ ਲੈਣਾ ਪੈਂਦਾ ਹੈ। ਤਾਂ ਇਹ ਤਾਂ ਜਿਹੜੀ ਆ ਬੜੀ ਮੋਰਲ ਅਦਾਲਤ ਆ, ਸਿੱਖਾਂ ਦੀ ਸਭ ਤੋਂ ਉੱਚੀ ਅਦਾਲਤ ਆ ਤੇ ਮੀਰੀ ਤੇ ਪੀਰੀ ਦਾ ਸਿਧਾਂਤ ਅਨੁਸਾਰ ਚੱਲਦੀ ਆ, ਤੇ ਉੱਥੇ ਫੈਸਲੇ ਦੀ ਦਬਾਅ ਪਾਉਣਾ ਬਿਲਕੁਲ ਇਹ ਗਲਤ ਸੀਗਾ। ਤੇ ਪਰ ਇਹ ਵੀ ਗੱਲ ਬਿਲਕੁਲ ਸਹੀ ਆ ਵੀ ਅਕਾਲੀ ਦਲ ਬਾਦਲ ਦਾ ਪਿਛਲੇ ਸਮੇਂ ਦਾ ਇਤਿਹਾਸ 1994 ਦਾ ਲਾ ਲਓ, 1999 ਦਾ ਲਾ ਲਓ, ਉਹਨਾਂ ਨੇ ਆਪੋ ਆਪਣੇ ਤਰੀਕੇ ਗੱਲ ਅਕਾਲ ਤਖ਼ਤ ਦੇ ਜਥੇਦਾਰਾਂ ਤੇ ਦਬਾਅ ਪਾਇਆ ਤੇ ਸਮੇਂ ਸਮੇਂ ਤੇ ਇਨਸਲਟ ਕਰਨ ਦੀ ਵੀ ਕੋਸ਼ਿਸ਼ ਕੀਤੀ ਆ। ਪਰ ਮੈਂ ਇਸ ਗੱਲ ਤੇ ਮੈਂ ਬਿਲਕੁਲ ਇਸ ਗੱਲ ਤੇ ਬੜਾ ਕਲੀਅਰ ਹਾਂ ਵੀ ਕਦੇ ਵੀ ਕੋਈ ਵੀ ਜਿਹੜਾ ਕੋਈ ਵੀ ਜਿਵੇਂ ਹੁਣ ਇਹਨਾਂ ਨੇ ਬਿਰਸਾ ਸਿੰਘ ਬਟੋਹਾ ਅਕਾਲੀ ਦਲ ਚ ਵਿਚਰ ਰਿਹਾ ਸੀਗਾ, ਉਹਨਾਂ ਦਾ ਮੁੱਖ ਸਪੋਕਸਮੈਨ ਸੀਗਾ, ਉੱਥੇ ਗੱਲ ਕਰਦੇ ਸੀਗੇ, ਤਾਂ ਜਿਵੇਂ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਦਲਾਂ ਨੂੰ ਸੁਧਾਰਨ ਵਾਲਿਆਂ ਨੂੰ ਦੂਜਿਆਂ ਨੂੰ ਲੈ ਕੇ ਇਸ ਅਕਾਲੀ ਦਲ ਦੀ ਇੱਕ ਤਰ੍ਹਾਂ ਨਾਲ ਪੁਨਰ ਸੁਰਜੀਤੀ ਵੱਲ ਤੇ ਪੁਰਾਣੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾ ਦੇਣ ਵੱਲ ਵੱਧ ਰਹੇ ਸੀਗੇ। ਤਾਂ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਵੀ ਇਹਨਾਂ ਨੂੰ ਸੰਕੇਤਕ ਜਿਹੜੀ ਆ ਸਜ਼ਾ ਦੇਣੀ ਚਾਹੀਦੀ ਸੀਗੀ, ਐਡੀ ਵੱਡੀ ਸਜ਼ਾ ਵੀ ਨਹੀਂ ਦੇਣੀ ਚਾਹੀਦੀ ਸੀਗੀ ਵੀ 10 ਸਾਲ ਲਈ ਇਹਨਾਂ ਨੂੰ ਬਾਹਰ ਕਰ ਦਿਓ, ਕਿਉਂਕਿ ਸੁੱਚਾ ਸਿੰਘ ਲੰਘਾਰ ਦਾ ਜਿਹੜਾ ਕ੍ਰਾਈਮ ਸੀਗਾ, ਸੁੱਚਾ ਸਿੰਘ ਲੰਘਾਰ ਨੇ ਬਿਲਕੁਲ ਉਹਨੇ ਵੱਡਾ ਜਿਹੜਾ ਦੂਆ ਜਿਹੜਾ ਕ੍ਰਾਈਮ ਰੇਪ ਵਾਲਾ ਕੀਤਾ ਸੀਗਾ ਉਹਦੇ ਚ ਵੀ ਜਿਹੜੀ ਉਹਦੀ ਸਜ਼ਾ ਉਹ ਬੇਸ਼ੱਕ ਉਹਨੂੰ 5 ਚੋਂ ਕੱਢਿਆ ਸੀਗਾ ਤੇ 5 ਸਾਲ ਦਾ ਉਹਦਾ ਉਹ ਵੀ ਦੂਏ ਲੁੱਟ ਵੀ ਸੀਗਾ। ਪਰ ਇੰਨਾ ਕਿਉਂਕਿ ਬਿਰਸਾ ਸਿੰਘ ਬਟੋਹਾ ਬੇਸ਼ੱਕ ਉਹ ਬੜਬੋਲਾ ਜਿਵੇਂ ਮਰਜ਼ੀ ਆ, ਪਰ ਉਹਦੀ ਜਿਹੜੀ ਪਿਛਲਾ ਜਿਹੜਾ ਕਾਰਗੁਜ਼ਾਰੀ ਆ 1984 ਤੋਂ ਪਹਿਲਾਂ ਬੇਸ਼ੱਕ ਕਹਿੰਦੇ ਹੱਥ ਖੜੇ ਕਰਕੇ ਆਇਆ, ਫਲਾਣਾ ਆਇਆ, ਢਿਮਕਾ ਆ, ਉਹ ਵੱਖਰਾ ਇਸ਼ੂ, ਕਿਉਂਕਿ ਉਹਦੇ ਚ ਬਹੁਤ ਸਾਰੇ ਹੋਰ ਵੀ ਵੱਡੇ ਵੱਡੇ ਲੀਡਰ ਸੀਗੇ ਜਿਹਨਾਂ ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਉਂਦੇ ਰਹੇ ਹਾਂ। ਤੇ ਉਸ ਤੋਂ ਜੇਕਰ ਇਹ ਗੱਲਾਂ ਆਪਾਂ ਦੇਖੀਏ ਤਾਂ ਪਿਛਲੇ ਇਤਿਹਾਸ ਜਾਈਏ, ਸਰਬੱਤ ਖਾਲਸਾ ਦੇ ਸਮੇਂ ਦੀ ਆਪਾਂ ਗੱਲ ਕਰ ਲਈਏ, ਜਦੋਂ ਸਰਬੱਤ ਖਾਲਸਾ ਦਾ ਸੀਗਾ ਉਸ ਸਮੇਂ ਜਿਵੇਂ ਗਿਆਨੀ ਗੁਰਬਚਨ ਸਿੰਘ ਹੋਣਾ ਨੇ ਜੋ ਸਟੈਪ ਚੱਕਿਆ ਸੀਗਾ ਨਿਰੰਕਾਰ, ਉਹਨਾਂ ਰਾਮ ਰਹੀਮ ਨੂੰ ਮਾਫ਼ ਕਰਿਆ, ਕੱਢਤਾ, ਮਾਫ਼ ਕਰਿਆ, ਫਿਰ 90-95 ਲੱਖ ਦੇ ਇਸ਼ਤਿਹਾਰ ਲਾਏ ਗਏ ਤੇ ਸਰਬੱਤ ਖਾਲਸੇ ਦੇ ਉੱਥੇ ਜਿਹੜਾ ਚੰਬੇ ਦੀ ਧਰਤੀ ਦੇ 8-9 ਲੱਖ ਦਾ ਇਕੱਠ ਹੁੰਦਾ ਤੇ ਸ਼ਰਿਆਮ ਉੱਥੇ ਇਹਨਾਂ ਦੇ ਵਿਰੁੱਧ ਜਾ ਕੇ ਜਥੇਦਾਰਾਂ ਦੇ ਵਿਰੁੱਧ ਜਾ ਕੇ ਉੱਥੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ ਵੱਲੋਂ ਜਥੇਦਾਰ ਵੀ ਬਣਾਇਆ ਗਿਆ ਤੇ ਧਿਆਨ ਸਿੰਘ ਮਾਨ ਨੂੰ ਐਕਟਿੰਗ, ਦਾਦੂਵਾਲ ਸਾਹਿਬ ਤੇ ਅਮਰੀਕ ਸਿੰਘ ਜਨਾਲਾ ਬੇਸ਼ੱਕ ਉਹ ਸਾਰੇ ਆਪੋ ਆਪਣੇ ਸਮੇਂ ਤੇ ਉਹ ਭੱਜ ਗਏ ਤੇ ਕੱਲੇ ਜਥੇਦਾਰ ਹਵਾਰਾ ਤੇ ਜਿਹੜਾ ਧਿਆਨ ਸਿੰਘ ਮੰਡ ਅਜੇ ਰਹਿੰਦੇ ਆ।
तो वह शरेआम जिन्हें सारे सिगे उस समय अकाली बाकी अकाली दल भी वह इन्हों ये कहने से भी आर एस एस के अनुसार सरकार के अनुसार उन्होंने अनुसार चलते हैं पर उस समय यह कोई एक्शन नहीं होया तो ये भी जी हूँ आर एस एस वाली गल कही है बेशक गलत कही गई है वह करी गई आ पर जरा मेरा सोचता सभी इस समय जो मौका सगा कौम नेड़े लाने का सगा एडा बड़ा जबरदस्त जो फैसला है वो मतलब 10 साल ही कर दो इन्हों कोई संकेतक फैसला लेना चाहिए सगा मेरा ख्याल तो वो खिलाफ जरूर लेना चाहिए सगा पर जो फैसला लिया गया है मेरे हिसाब के ज्यादा व्डा फैसला लिया गया ये अकाली दल के होर ज्यादा कमी का पैदा देखो साहब गल जे तुसी जिस तरह का एक्शन किया है जिस तरह के मुरले ने यह बिरसा सिंह बटोहा मीडिया च जाके मेरा भी ख्याल जो संकेतक फैसले ने तो तक पहुंचाया कौन तुसी कहने ज्यादा एदा संकेत दिता है सुखबीर सिंह बादल नूं कि तुसी जिहड़ा कुछ कर रहे हो इस तरह भी हो सकता है जिहड़ी तुसी मंग कर रहे हो धार्मिक सजा की जथेदार साहबान कुछ भी कर सकते ने वो सिख कौम ने जिहड़ी सीटा ते उन्हां नूं बिठाया है उन्हां दा सत्कार कायम रखण लई सख्त फैसलिआं दी लोड़ है साढ़े नाल सीनियर पत्रकार जसवंत सिंह जी दे सरहंद साहब वो की सोचते ने सरहंद साहब ਵਾਲੀਆ ਸਾਹਿਬ ਜਿਹੜੀ ਕਿ ਗੱਲ ਬਿਰਸਾ ਸਿੰਘ ਬਟੋਰਾ ਦੀ ਹੈ ਉਹ ਬੜੀ ਗੰਭੀਰ ਤੇ ਬਹੁਤ ਹੀ ਸਹੀ ਵਕਤ ਤੇ ਲਿਆ ਗਿਆ ਫੈਸਲਾ ਕਿਉਂਕਿ ਬਿਰਸਾ ਸਿੰਘ ਬਟੋਰਾ ਦੀ ਪਿਛੋਕੜ ਵੇਖੀਏ ਤਾਂ ਕਾਫੀ ਇਹਨਾਂ ਦੇ ਸਾਥੀ ਵੀ ਜੇ ਫੈਡਰੇਸ਼ਨ ਵਾਲੇ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਦੇ ਮਾਰ ਰਹੇ ਨੇ ਉਹਨਾਂ ਦੀ ਸੋਚ ਤੇ ਸਰ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਦਲ ਦੀ ਸੋਚ ਦਾ ਬੜਾ ਫਰਕ ਹੈ ਇਹ ਕਦੇ ਨਾ ਕਦੇ ਮਾਰ ਪੈਂਦੀ ਹੈ ਕਹਿੰਦੇ ਰੱਬ ਸੋਟੀ ਨਹੀਂ ਮਾਰਦਾ ਡਾਂਗ ਨਹੀਂ ਮਾਰਦਾ ਮੱਤ ਮਾਰ ਦਿੰਦਾ ਇਹਦੀ ਮੱਤ ਮਾਰੀ ਹੋਈ ਸੀ ਪਹਿਲਾਂ ਮੈਂ ਅੰਮ੍ਰਿਤਪਾਲ ਦੇ ਖਿਲਾਫ ਬਹੁਤ ਕੁਛ ਬੋਲਿਆ ਉੱਥੇ ਜਵਾਨ ਤੇ ਜ਼ਬਤ ਹੋਈ ਇਹਦੀ ਬਟੋਹੇ ਦੀ ਤੇ ਹੁਣ ਜਿਹੜਾ ਇਹ ਗੁੰਡਾ ਰਹਿ ਜਾਂ ਅਕਾਲੀ ਦਲ ਦਾ ਕਹਿੰਦੇ ਨਾ ਆਪਾਂ ਤੇ ਕੁਛ ਬੰਦੇ ਰੱਖੇ ਹੋਏ ਨੇ ਧਮਕਾਉਣ ਵਾਸਤੇ ਡਰਾਉਣ ਵਾਸਤੇ ਇਹਨਾਂ ਦੀਆਂ ਸ਼ਕਲਾਂ ਵੀ ਇਹੀਆਂ ਹੀ ਨੇ ਤੇ ਇਹਨਾਂ ਦੇ ਜੇ ਆਪਾਂ ਦੇਖੀਏ ਨਾ ਇਹ ਲੋਕ ਮਤਲਬ ਪ੍ਰਸਤ ਲੋਕ ਸੀ ਜੋ ਸੰਘਰਸ਼ ਨੂੰ ਛੱਡ ਕੇ ਉਸ ਟਾਈਮ ਦੇ ਸੰਘਰਸ਼ ਨੂੰ ਅਲਵਿਦਾ ਕਹਿ ਕੇ ਛੱਡ ਕੇ ਭੱਜੇ ਨੇ ਉੱਥੋਂ ਸੰਘਰਸ਼ ਤੋਂ ਬਾਦਲ ਦੀ ਸੋਚ ਸੰਤ ਜਰਨੈਲ ਸਿੰਘ ਭਿੰਡਰਾਂ ਨਾਲ ਨਹੀਂ ਲੜਦੀ ਸੀ ਅੱਜ ਉਹਦੇ ਜਿਹੜੇ ਵਾਰਸ ਨੇ ਉਹ ਅੱਜ ਵੀ ਖੜੇ ਨੇ ਪਰ ਇਹ ਕੁਰਸੀਆਂ ਦੇ ਲਾਲਚ ਚ ਪੈ ਗਏ ਬਾਦਲ ਸਾਹਿਬ ਤੇ ਨਾ ਰਹੇ ਬਾਦਲ ਸਾਹਿਬ ਦੇ ਉਹਨਾਂ ਗਲਤੀਆਂ ਨੂੰ ਵੀ ਹਾਂ ਕਰਦੇ ਰਹੇ ਜਿੱਥੇ ਕਿ ਉਹਨਾਂ ਸੁਮੇਹ ਸਿੰਘ ਸੈਣੀ ਵਰਗੇ ਲਾਏ ਯਹਾਰ ਆਲਮ ਵਰਗੇ ਲਾਏ ਹੋਰ ਇਹੋ ਜਿਹਾ ਘੋਰ ਪਾਪ ਹੋਇਆ ਨੌਜਵਾਨ ਦੇ ਕਾਤਲ ਅੱਜ ਵੀ ਇਹਨਾਂ ਦੇ ਅਫਸਰ ਲੱਗੇ ਨੇ ਦੋਸਤ ਨੇ ਇਹਨਾਂ ਦੇ ਮਿੱਤਰ ਨੇ ਇਹਨਾਂ ਦੇ ਰਿਸ਼ਤੇਦਾਰ ਵੀ ਨੇ ਫਤਿਹ ਜੀ ਤੁਸੀਂ ਗਾਂ ਪਰੋਲੇ ਨੇ ਇਹਨਾਂ ਬਾਰੇ ਤਾਂ ਬਹੁਤ ਬਹੁਤ ਲੰਬੀ ਲਾਈਨ ਹੈ ਮੈਂ ਤੁਹਾਨੂੰ ਹੋਰ ਸੰਕੇਤ ਦਿੰਦਾ ਕਿ ਜਿਹੜਾ ਬਿਰਸਾ ਸਿੰਘ ਬਟੋਹਾ ਜਾਤੀ ਅਟੈਕ ਵੀ ਬਹੁਤ ਕਰਦਾ ਤੇ ਇਸ ਬੰਦੇ ਦੀ ਜਿਹੜੀ ਕਿਰਦਾਰ ਇਹਨੇ ਕਿਰਦਾਰ ਕੁਸ਼ੀ ਕਰੀ ਹੈ ਸਰਵਉੱਚ ਅਦਾਲਤ ਹੈ ਸਾਡੀ ਅਥਾਰਟੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਉਹਦੇ ਜਥੇਦਾਰ ਕੋਈ ਵੀ ਹੋਵੇ ਕਿਹੋ ਜਿਹਾ ਮਰਜ਼ੀ ਹੋਵੇ ਚਲੋ ਕਿਸੇ ਪਾਰਟੀ ਦਾ ਕਿਸੇ ਨੂੰ ਮਰਜ਼ੀ ਹੋਵੇ ਪਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਚੈਲੰਜ ਕਰਨਾ ਇੱਕ ਬਹੁਤ ਬੜੀ ਬੇਵਕੂਫੀ ਤੇ ਸਿੱਖ ਦਾ ਕੰਮ ਹੈ ਜਿਹੜਾ ਸਿੱਖ ਨਹੀਂ ਹੋਊਗਾ ਜਿਹੜਾ ਸਿੱਖ ਸਿਧਾਂਤਾਂ ਬਾਰੇ ਜਾਣਦਾ ਜਿਹੜਾ ਸਿੱਖੀ ਬਾਰੇ ਜਾਣਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜਿਹੜਾ ਅਕਾਲ ਤਖ਼ਤ ਦੇ ਸਿਧਾਂਤਾਂ ਨੂੰ ਜਾਣਦਾ ਉਹ ਕਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਹੋਰ ਤਖ਼ਤਾਂ ਦੇ ਜਥੇਦਾਰ ਬਾਰੇ ਕੋਈ ਮੰਦੀ ਸ਼ਬਦਾਵਲੀ ਨਹੀਂ ਬੋਲੂਗਾ ਕੋਈ ਇਲਜ਼ਾਮ ਨਹੀਂ ਲਾਊਗਾ ਆਰ ਐਸ ਐਸ ਨਾਲ ਤੇ ਪਹਿਲਾਂ ਤੇ ਇਹਨਾਂ ਜਿਹੜਾ ਬੀਜੇਪੀ ਨੇ ਹੰਢਾਈ ਅਕਾਲੀ ਦਲ ਨੇ ਹੁਣ ਇਹ ਉਹ ਬਣਦੇ ਨੇ ਮਤਲਬ ਚੰਗੇ ਬਣ ਕੇ ਦਿਖਾਉਂਦੇ ਨੇ ਮੇਰੀ ਕੁਰਬਾਨੀ ਹੈ ਪਹਿਲਾਂ ਵੀ ਪਿੱਟਦਾ ਰਿਹਾ ਉੱਥੇ ਅੰਮ੍ਰਿਤਪਾਲ ਦੀ ਇਲੈਕਸ਼ਨ ਚ ਵੀ ਇਹ ਕੱਲ ਦਾ ਜਵਾਕ ਹੈ ਮੇਰੀ ਕੁਰਬਾਨੀ ਦੇਖੋ ਕਿਹੜੀ ਕੁਰਬਾਨੀ ਚਾਹੀਦੀ ਕੁਰਬਾਨੀ ਤਾਂ ਹੁੰਦੀ ਹੈ ਕਿ ਕੁਰਬਾਨੀ ਕਰੀ ਮੈਂ ਕੁਛ ਨਹੀਂ ਲੈਣਾ ਹੈਗਾ ਸਰਕਾਰਾਂ ਤੁਸੀਂ ਹੰਢਾ ਲਈਆਂ ਬੰਦੇ ਤੁਸੀਂ ਉਹ ਕਰਤੇ ਅੰਦਰ ਕਰੋ ਤੇ ਹੋਰ ਕਿੰਨੇ ਕੇਸ ਵੀ ਲੋਕਾਂ ਦੇ ਪਵਾਏ ਨੇ ਇਸ ਲਈ ਇਹ ਸਜ਼ਾ ਮੈਂ ਕਹਿੰਦਾ ਕਿ ਬਹੁਤ ਵਧੀਆ ਕਦਮ ਉਠਾਇਆ ਸਿੰਘ ਸਾਹਿਬਾਂ ਨੇ ਤੇ ਬਹੁਤ ਹੀ ਇਕਜੁੱਟ ਹੋ ਕੇ ਫੈਸਲਾ ਲਿਆ ਸੁਲਤਾਨ ਸਿੰਘ ਜੀ ਮੈਂ ਉਹਨਾਂ ਨੂੰ ਵੀ ਵਧਾਈ ਦਊਂਗਾ ਤੇ ਇਹ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਤੇ ਹਰਪ੍ਰੀਤ ਸਿੰਘ ਜੀ ਕਿਉਂਕਿ ਇਹ ਬਹੁਤ ਜ਼ਰੂਰੀ ਤਾਂ ਕਿ ਅਕਾਲੀ ਦਲ ਅਕਾਲ ਤਖ਼ਤ ਦੇ ਸਿਧਾਂਤਾਂ ਨੂੰ ਮਰੀਆਂ ਮੇਟ ਕਰ ਰਿਹਾ ਸੀ ਬਹੁਤ ਦੇਰ ਤੋਂ ਕਰ ਰਿਹਾ ਅਗਰ ਇਹਨਾਂ ਨੂੰ ਨੱਥ ਨਹੀਂ ਪਾਈ ਜਾਂਦੀ ਤਾਂ ਸਾਡੇ ਸਿਧਾਂਤ ਸਾਡਾ ਜਿਹੜਾ ਵਿਰਸਾ ਸਾਡਾ ਜਿਹੜਾ ਅਮੀਰ ਸੱਭਿਆਚਾਰ ਸਾਡੀ ਸਿੱਖੀ ਸਿਧਾਂਤਾਂ ਦੀ ਪਹਿਚਾਣ ਖਤਮ ਹੋ ਰਹੀ ਸੀ ਇਹ ਕੋਈ ਅੱਜ ਨਹੀਂ ਹੈ ਜੇ ਕਿਸੇ ਦੀ ਕਿਸੇ ਨਾਲ ਸਾਂਝ ਹੈ ਤਾਂ ਮਤਲਬ ਇਹਨੂੰ ਬਕਾਊ ਨਹੀਂ ਹੋ ਗਿਆ ਤੇ ਜਿਵੇਂ ਇਸ ਤਰ੍ਹਾਂ ਇਲਜ਼ਾਮ ਲਾਏ ਨੇ ਜਿਸ ਤਰ੍ਹਾਂ ਇਹ ਰੀ ਉਹ ਦੇਖਿਆ ਵੀਡੀਓ ਸੀਡੀਆਂ ਦੇਖਿਆ ਉੱਥੇ ਪਿੰਡ ਰੋਡ ਦੇਖਿਆ ਹੈ ਵੀ ਜਥੇਦਾਰ ਉੱਥੇ ਜਥੇਦਾਰ ਕੁਲਵੰਤ ਸਿੰਘ ਦੇ ਘਰੇ ਉਹਨੂੰ ਸਿਰਸਾ ਨੂੰ ਮਿਲਿਆ ਸਿਰਸਾ ਵੀਰੋ ਪੰਥ ਚੋਂ ਕੱਢਿਆ ਹੋਇਆ ਅਸਲ ਮੈਂ
डुबदे ने मत हथ पैर मारे इन्हों को कुछ नहीं है तो डरा धमका के सुखबीर बादल में बरी करवाना चाहते हैं वो गल इन्हों की बनी नहीं है। बहुत वधिया फैसला गल साहब लोग प्रसन्न ने गल तुसी कीती है यही गल मैं कह रहा कि सुखबीर सिंह बादल लई संकेत है ये कि भाई हुण तू जल्दी जल्दी करदा ये भी हो सकता है इस तरह तो मेरा ख्याल है कि कौम के अज जो क्योंकि अज तस्वीर का फैसला लगातार अपना प्रतिक्रियावां आ रही ने उन्होंने भी चर्चा करते रहेंगे लेकिन एक प्रतिक्रिया जी हम लवेंगे मास्टर मिठू सिंह कहने के उन्होंने लेकिन पहला लवेंगे ब्रेक उस तो बाद लैके आवेंगे पहला लेने ब्रेक चर्चा ब्रेक तो बाद फिर सवाल असि जी गलबात कर रहे हैं कि जिहड़ा विशा सिंह बटोहा जिस तरीके नाल 10 साल लई घट्टो घट 10 साल लई ये कहा गया है कि इन पार्टी तो बाहर करो इस सजा ते जिहड़ी दित्ती गई है अकाल तख्त साहब तो उस बारे काफी जिहड़े लोग अपनी अपनी प्रतिक्रिया दे रहे हैं। मैं जिक्र किया अपनी इंट्रोडक्शन दे विच कि मास्टर मिठू सिंह कालेके ने तां एक लैटर लेके भी गल कीती सी इह तां कि सारा कुछ आ संविधान जिहड़ा अपने जिहड़ी अकाल तख्त साहब दे जिहड़ा हुक्म ने आदेश ने उहनां दी उलंघना लगातार हो रही है ते इह भी तां सिद्धी उलंघना है जे अज विरसा सिंह बटोहा जिस तरह शरेआम तुसीं 3-4 इंटरव्यू तां घूम रहीआं ने सोशल मीडिया ते ਵੱਖ ਵੱਖ ਚੈਨਲਸ ਨੂੰ ਦਿੱਤੀ ਹੋਈਆਂ ਜਿਹਦੇ ਚ ਇਹ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਾਉਂਦੇ ਨੇ ਕਿ ਇਹ ਬੰਦਾ ਤਾਂ ਅਮਿਤ ਸ਼ਾਹ ਨਾਲ ਗੱਲ ਕਰਦੇ ਤਾਂ ਉਹਦਾ ਬੰਦਾ ਢੀਂਡਸਾ ਕਰਾ ਦੂੰਗਾ ਜੀ ਕਹਿੰਦੇ ਇਹ ਇਹਨਾਂ ਤੋਂ ਢੀਂਡਸੇ ਦਾ ਦਬਾਅ ਹੈ ਆਰ ਐਸ ਐਸ ਦਾ ਭਾਰਤੀ ਜਨਤਾ ਪਾਰਟੀ ਦਾ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਤੋ ਇਹ ਤੇ ਜਿਹੜਾ ਹੈ ਸੁਧਾਰ ਲਹਿਰ ਵਾਲਿਆਂ ਨੇ ਕਾਫੀ ਤਿੱਖਾ ਰਿਐਕਸ਼ਨ ਕੀਤਾ ਸੀ ਔਰ ਸੁਧਾਰ ਲਹਿਰ ਦੇ ਨੁਮਾਇੰਦੇ ਮਾਸਟਰ ਮਿੱਠੂ ਸਿੰਘ ਸਾਡੇ ਨਾਲ ਨੇ ਕੀ ਕਹੋਗੇ ਮਾਸਟਰ ਮਿੱਠੂ ਸਿੰਘ ਜੀ ਬਾਈਆ ਸਾਹਿਬ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਤਰਸ਼ਾਹ ਸ਼੍ਰੋਮਣੀ ਇਹ ਅਕਾਲੀ ਦਲ ਹੋਣ ਵਿੱਚ ਆਏਗਾ ਤੇ ਅੱਜ ਮੌਜੂਦਾ ਸਮੇਂ ਵਿੱਚ ਜਦੋਂ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਅਸੀਂ ਲੋਕਾਂ ਵਿੱਚ ਵਿਚਰਦੇ ਹਾਂ ਤਾਂ ਇੱਕ ਪਾਸੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਹੈ ਜਿਹੜਾ ਬੜੇ ਦੁਖਦਾਈ ਘਟਨਾ ਸਾਡੇ ਸਾਹਮਣੇ ਆਉਂਦੀ ਹੈ ਇਸ ਦਾ ਸਮੁੱਚੇ ਸਿੱਖ ਜਗਤ ਨੇ ਬੜਾ ਬੁਰਾ ਮਨਾਇਆ ਸੀ ਵਿਰਸਾ ਸਿੰਘ ਬਟੋਹਾ ਨੇ ਜਿਸ ਤਰ੍ਹਾਂ ਦਬਾਅ ਪਾਉਣ ਵਾਸਤੇ ਜਿਸ ਤਰ੍ਹਾਂ ਮਾਨ ਇਲਜ਼ਾਮਬਾਜੀ ਸਿੰਘ ਸਾਹਿਬਾਨਾਂ ਤੇ ਕੀਤੀ ਇਹਨੂੰ ਸਮੁੱਚੇ ਸਿੱਖ ਜਗਤ ਵਿੱਚ ਬੜਾ ਬੁਰਾ ਮਨਾਇਆ ਗਿਆ ਸੀ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਹ ਪਹਿਲੀ ਵਾਰ ਹੈ ਕਾਫੀ ਲੰਮੇ ਸਮੇਂ ਤੋਂ ਬਾਅਦ ਕਿ ਜੋ ਅੱਜ ਫੈਸਲਾ ਦਿੱਤਾ ਹੈਗਾ ਉਹ ਫੈਸਲਾ ਦੇਣਾ ਇਹੀ ਬਣਦਾ ਸੀਗਾ ਕਿ ਇਹਨੂੰ ਘੱਟੋ ਘੱਟ ਰਾਜਨੀਤਿਕ ਖੇਤਰ ਚੋਂ 10 ਸਾਲ ਲਈ ਇਹ ਬਾਹਰ ਕੱਢਿਆ ਜਾਵੇ ਮੈਂ ਤਾਂ ਸਮਝਦਾ ਕਿ ਇਹਨੂੰ ਪੰਜ ਚ ਛੇਕਿਆ ਜਾਣਾ ਚਾਹੀਦਾ ਸੀਗਾ ਤੇ ਮੈਂ ਇਦੋਂ ਪਹਿਲਾਂ ਰਾਜਵੰਤ ਸਿੰਘ ਜੀ ਨੇ ਜੋ ਵਿਚਾਰ ਤੇ ਮੈਂ ਉਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦਾ ਕਿ ਉਹਨਾਂ ਨੇ ਬਹੁਤ ਸੋਹਣੇ ਵਿਚਾਰ ਹੈ ਜਿਹੜੇ ਇਸ ਇਸ਼ੂ ਤੇ ਦਿੱਤੇ ਨੇਗੇ ਔਰ ਲੋੜ ਸੀਗੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜੋ ਇਸ ਵਕਤ ਮਹੱਤਤਾ ਦਿਨੋਂ ਦਿਨ ਘਟਦੀ ਜਾ ਰਹੀ ਸੀ ਔਰ ਇਹ ਮਹੱਤਤਾ ਨੂੰ ਸਿੰਘ ਸਾਹਿਬਾਨਾਂ ਦੇ ਇਤਿਹਾਸਕ ਫੈਸਲੇ ਹੀ ਇਹ ਮਹਾਨ ਬਣਾ ਸਕਦੇ ਸਨ ਅੱਜ ਜੋ ਫੈਸਲਾ ਹੋਇਆਗਾ ਸਿੰਘ ਸਾਹਿਬਾਨਾਂ ਦਾ ਇਹ ਬੜਾ ਸਰਾਗਾਯੋਗ ਫੈਸਲਾ ਹੈਗਾ ਔਰ ਇਹ ਫੈਸਲੇ ਇਹ ਦੇ ਉੱਤੇ ਇਹ ਸੋਚੀ ਸਿੱਖ ਜਗਤ ਹੈ ਜਿਹੜਾ ਉਹ ਫੁੱਲ ਚੜਾ ਰਿਹਾ ਹੈਗਾ ਔਰ ਸੁਖਬੀਰ ਸਿੰਘ ਬਾਦਲ ਦੇ ਬਾਰੇ ਚ ਜੋ ਧਾਰਮਿਕ ਸਜ਼ਾ ਲਵਾਉਣ ਵਾਸਤੇ ਇਹ ਦਬਾਅ ਬਣਾ ਰਿਹਾ ਸੀਗਾ ਉਹ ਵੀ ਇਹਦੀ ਬੜੀ ਗਲਤ ਸੀ ਗੱਲ ਕਿਉਂਕਿ ਉਹਨੇ ਰਾਜਨੀਤਿਕ ਖੇਤਰ ਦੇ ਵਿੱਚ ਬੜੀਆਂ ਬੱਜਰ ਗਲਤੀਆਂ ਕੀਤੀਆਂ ਨੇ ਰਾਜਨੀਤਿਕ ਖੇਤਰ ਦੇ ਵਿੱਚ ਜਿਸ ਹੋਰ ਵਿਅਕਤੀ ਨੇ ਬੱਜਰ ਗਲਤੀਆਂ ਕੀਤੀਆਂ ਹੋਣ ਔਰ ਸ਼੍ਰੋਮਣੀ ਅਕਾਲੀ ਦਲ ਦਾ ਉਹ ਪ੍ਰਧਾਨ ਹੋਵੇ ਤੇ ਉਹ ਨੂੰ ਫਿਰ ਰਾਜਨੀਤਿਕ ਸਜ਼ਾ ਨਾ ਮਿਲੇ ਤੇ ਇਹ ਤਾਂ ਮੰਨ ਲਾ ਧਾਰਮਿਕ ਸਜ਼ਾ ਉੱਤੇ ਜੋ ਜ਼ੋਰ ਹੈ ਸਰ ਬਰਸਾ ਸਿੰਘ ਬਟੋਹਾ ਜਾ ਕੇ ਸਿੰਘ ਸਾਹਿਬਾਨਾਂ ਤੇ ਪਾ ਰਿਹਾ ਸੀਗਾ ਇਹ ਇੱਕ ਉਦੋਂ ਵੀ ਮਾੜੀ ਇਹਦੀ ਗੱਲ ਸੀ ਔਰ ਸਿੰਘ ਸਾਹਿਬਾਨਾਂ ਨੂੰ ਇਹ ਦਬਾਅ ਜੋ ਬਣਾ ਰਿਹਾ ਸੀਗਾ ਉਹ ਦਬਾਅ ਜਿਹੜਾ ਜਦੋਂ ਸਾਹਮਣੇ ਆਇਆ ਤਾਂ ਸਿੰਘ ਸਾਹਿਬਾਨਾਂ ਨੇ ਜੋ ਫੈਸਲਾ ਲੈਤਾ ਹੈਗਾ ਇਹ ਫੈਸਲਾ ਇੱਕ ਬਹੁਤ ਚੰਗਾ ਫੈਸਲਾ ਤਨਖਾਹੀ ਆ ਵਿਅਕਤੀ ਹੋਵੇ ਔਰ ਲੋਕਾਂ ਵਿੱਚ ਵਿਚਰ ਰਿਹਾ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਮਿਲ ਰਿਹਾ ਹੋਵੇ
अकाल तख्त साहब के हुक्मां की बार बार उलंघना हुण भी और उहदे हमायत के उत्ते जाके बिरसा सिंह मलटोहा सिंह साहिबान उत्ते इजलास 83 करन ते उहनूं आरएसएस ते केंद्र सरकार नाल जुड़े हुए सिंह साहिबान नूं दिखा रहे हुण। और ये गल उदू भी बहुत माड़ी सी, बहुत गलत गल इन्होंने की सी और जिहड़ा फैसला वह घट्टो घट जो दिता गया सिंह साहिबान ने वह ठीक दिता है, सलाहकार योग है जी। जी सुखली साहब श्रोमणी अकाली दल स्थापक बालिया साहब बेनती है कि अगे ना पिछे पुराने समयां च चले जाओ, जिहड़े राजे हुंदे ना राजे सरदार वह अपने आले दुआले इक घेरा घतदे बदमाशां दा, वह देखदे भी अपने इलाके च नामवर बदमाश कि जिन्हां तों लोक डरदे ने उहनां नूं आले दुआले ला दिंदे, ओही ओही कड़ी चो बडोहे उहनां नूं भी आले दुआले जिहड़ा अज साडे च नहीं रहा प्रकाश सिंह बादल उहने ओही टीम सारी आले दुआले घेरा कत्तिया होया सी, कईआं दे मैं नां नहीं लैणे जिन्हां दे घरे वजीरियां भी गईआं उदो भी यही हुंदा सी, पंथ रतन जथेदार गुरचरण सिंह टौरे वर्ग तो स्पीकर माइक खोल लेना बोलदिया तो बोलन ना देना, फिर दूजे बंदे धक्के नाल हर हर खेतर च जाके जदों किते चल रही हुंदी रैली उहदे च बंदे नूं अपमान करना जिम्मेवार नूं, इह करिया कारनामा इसे करके हुण विरसे दे वी मूंह लग्गिया होया सी, उहने कहा भी साडे बनाए होए जथेदार ने आपां जे इहनां नूं बादल राज भाग ते हुंदिया झूठे सौदे वाले का माफीनामे करा सकते ने, यदि जिदी ज्योदी जागती मिसाल कहनी गुरमुख सिंह मैं एलीगेशन नहीं लाता वो तो पुछ सकते जनतक है उसे धारते ने कहा भी हूं आए सिंह साहबान गैरी रवीर सिंह का बेचारा साहू है कि दूजे बंदे मैं इन्हें हार टारगेट बनाया हरप्रीत भी पहला आप हरप्रीत माड़ा जा हिम्मत जी रखता जानदार लगता है कि इनू रोकीये इनू जाके दबके मारने उत्थे कीड़ी गल रह गई जी, पिछे की रह गया जिहड़े कह रहे ने भी इहनूं सजा बहुत वड्डी सजा होगी कित्थों होगी जी की हो गया इहनूं किहड़ी सजा लग गई इहनूं, सजा लगनी चाहीदी सी सारे जिन्ने बादल वाला टोला इहनां नूं कि जदों इहनां ने मोगे की धरती ते पंजाबी पार्टी बना ली सी उस तों बाद किवें कौम ने लोकां ने ताकतां दे जथेदारां ने इहनां तों आस रख ली कि इह श्रोमणी अकाली दल पंथ ते कौम की रक्षा करूगा श्रोमणी गुरद्वारा प्रबंधक कमेटी नूं साफ सुथरी चलाऊगा, उदों तों इह बेड़ा गुल करन लग गए जिदे करके इन्हें मूह पा लिया बंडोहे उन्होंने जो होया सिंह साहब जिन्ना कि थोड़े स्टेप पटिया है मैं भी वही अच चाहे असं थोड़ू नहीं मानते मैं भी वही शलाघा करता ठीक करया अगे तो ली जी ली पैंती जा रही थी पई आती सी थोड़े खड़ोत लिया है दम रखो तख्तों ने जिथे गुरु साहबाना ने सारी कौम को मान बता दी हुई है लोगों को सेध दी हुई है बिल्कुल इन्हें कुत्ते बिल्लों को घबराने की लोड़ नहीं, चाहे दस दिन रहो ठीक है हाले कोई विधान नहीं बनया हाँ सिस्टम नहीं बनया तुम श्रोमणी गुरद्वारा प्रबंधक कमेटी के गुलाम बने हुए हो जिदे करके छोटे ते दबके मारते ने दबके के कारण सुखबीर तनखाइया कदार दिते कि चिर हो गया जी उन्होंने धामी भी मिलता है सारे चोर मोरिया मिलते हैं उन्हें अपनिया सरगर्मिया बिल्कुल पहला चोर मोरी रखी आ जब उन्हें देखा भी कोई जथेदार कोई होर बोलता ही नहीं फिर वह दम दम करके मारता कहना जी मैं पंचायत चोला च अपने बंद गले लाने के लिए मैदान च आ रहा जदों गुरु ग्रंथ साहब दिया बेअदबियां हुई उदों नहीं तुम रोए उदों नहीं कोई ताकतों का जथेदार बोलिया उदों नहीं श्रोमणी कमेटी बोली उदों किसी को दर्द नहीं आया अज एक बंदा किड्डी की गल है जी वह भी लोगों ने नंगा के डोर वांगू हुण कल का मान जो तुम तस्वीर यात्रा लैके सारे पंजाब च घूमे मान के सीधे कि नहीं पंजाबियों ने यही हाल होना है जेड़ा अकाल तख्त नाल पंगा लाऊगा उहदा हाल यही होना है जे निम्रता दिखाउंदे लोग तां इहनां नाल सजीत बरनाले वांगू उत्थों निखर के निकलदे जे उह थमले नाल बन्निया बूटा सिंह थमले नाल बन्निया जिन्हां नूं सजा अकाल तख्त साहब दे जथेदारां ने दित्ती उह हीरो बन के निकले ने, इहनां दे गर्दन चों कीला नहीं निकलदा कीला कढ़न दे लई तुसीं जो स्टैप चक्किया ताकड़े होके जे जथेदार इन्हों दोषियों इवें जो पाते रहे रिजल्ट बड़े सोने आवगे कौम चढ़ती कला जाऊगी मेरे पूरा विश्वास है बालिया साहब। चलो ठीक है तुम आपका पक्ष रखे मैं एक बार ब्राड साहब उपजीत सिंह ब्राड थोड़े को मैं फिर आना चाहना है क्योंकि तुम थोड़ा जहा बाकी वखरा जो पॉइंट ऑफ व्यू है थोड़ा फिर की कहोगे जे
ਜਿਹੜੇ ਨਵੀਆਂ ਦਲੀਲਾਂ ਆਈਆਂ ਨੇ ਬਾਕੀ ਪੈਨਲਿਸਟਾਂ ਵੱਲੋਂ। ਇਹ ਵੀ ਉਸ ਆਪਣੀ ਦਲੀਲ ਤੇ ਕਾਇਮ ਆ। ਮੈਂ ਇੱਕ ਗੱਲ ਮੈਂ ਦੱਸਣਾ ਚਾਹੁੰਦਾ, ਹੁਣੇ ਸੋਹਲੀ ਸਾਹਿਬ ਨੇ ਗੱਲ ਕਰੀ ਆ ਮੋਗੇ ਦੀ ਧਰਤੀ ਦੀ, ਬਿਲਕੁਲ ਪੰਜਾਬੀ ਪਾਰਟੀ ਬਣਾ ਕੇ ਅਕਾਲੀ ਦਲ ਦੇ ਸੰਵਿਧਾਨ ਨੂੰ ਛਿੱਕੇ ਟੰਗਣਾ ਬਹੁਤ ਵੱਡਾ ਗੁਨਾਹ ਸੀਗਾ, ਪਰ ਉਹਦੇ ਚ ਸਾਰੇ ਸ਼ਾਮਿਲ ਸੀਗੇ ਤੇ ਸਾਰੇ ਹੀ ਜਹਾਰ ਆਲਮ ਨੂੰ ਲਾਣ ਦੇ ਵਿੱਚ ਸ਼ਾਮਿਲ ਸੀਗੇ, ਸਾਰੀ ਸਮੇਤ ਸੈਣੀ ਨੂੰ ਲਾਣ ਚ ਸ਼ਾਮਿਲ ਸੀਗੇ ਤੇ ਸਾਰੇ ਹੀ ਉਸ ਸਮੇਂ ਜਦੋਂ ਬਾਦਲ ਨੇ 1994 ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਦੀ ਵਿਰੋਧਤਾ ਕੀਤੀ ਸੀਗੀ ਸ਼੍ਰੋਮਣੀ ਅਕਾਲੀ ਦਲ ਜਦੋਂ ਅੰਮ੍ਰਿਤਸਰ ਬਣ ਰਿਹਾ ਸੀਗਾ ਤੇ ਜਿਸ ਹਿਸਾਬ ਦੇ ਨਾਲ ਉਹਦੇ ਨਾਲ ਪੇਸ਼ ਆਏ ਸੀਗੇ ਉਹ ਵੀ ਸਾਰੇ ਉਹਦੇ ਚ ਵੀ ਸਾਰੇ ਗੁਨਾਹਗਾਰ ਸੀਗੇ ਤੇ ਉਸ ਤੇ ਬਾਅਦ ਜਿਵੇਂ ਦਾ ਬੇਅਦਬੀਆਂ ਦਾ ਦੌਰ ਸ਼ੁਰੂ ਹੁੰਦਾ 2007 ਤੋਂ 2015 ਤੋਂ ਪਿਆਰੇ ਭਨਿਆਰੇ ਤੋਂ ਇਹ ਸਾਰੇ ਹੀ ਸੱਤਾ ਦਾ ਆਨੰਦ ਮਾਣ ਰਹੇ ਸੀਗੇ ਜਿਹੜੇ ਹੁਣ ਦੁੱਧ ਧੋਤੇ ਹੋ ਰਹੇ ਆ ਤੇ ਫਖਰੇ ਕੌਮ ਦਾ ਅਵਾਰਡ ਦਵਾਉਣ ਵਾਲੇ ਵੀ ਇਹੀ ਸੀਗੇ। ਫਖਰੇ ਕੌਮ ਜਿਹਦਾ ਕਿ ਸਭ ਤੋਂ ਵੱਡਾ ਜਿਹਨੇ ਸ਼ੁਰੂਆਤ ਕੀਤੀ ਆ ਉਹਦੇ ਤੇ ਤਾਂ ਅੱਜ ਤੱਕ ਐਕਸ਼ਨ ਕੋਈ ਲਿਆ ਨਹੀਂ ਗਿਆ। ਫਖਰੇ ਕੌਮ ਦਾ ਅਵਾਰਡ ਦੇਣ ਵਾਲੇ ਵੀ ਜਿਹੜੇ ਉਸ ਸਮੇਂ ਦੇ ਜਹੇਦਾਰ ਸੀਗੇ, ਜਿਹੜੇ ਗੁਰਬਚਨ ਸਿੰਘ ਵਗੈਰਾ ਸੀਗੇ ਜਿਹਨੇ ਕਿ ਰਾਮ ਰਹੀਮ ਵਾਲੇ ਚ ਵੀ ਸ਼ਾਮਿਲ ਰਹੇ ਆ, ਜਿਹੜੇ ਕਿ ਉਹ ਆਸਾ ਰਾਮ ਵਰਗਿਆਂ ਦੇ ਕੋਲ ਖੜ ਕੇ ਉੱਥੇ ਸੋਲੇ ਗਾਏ ਜਾਂਦੇ ਸੀਗੇ। ਤੋਂ ਮੇਰਾ ਕਹਿਣ ਦਾ ਭਾਵ ਇਹ ਆ ਵੀ ਇੱਥੇ ਗ੍ਰਹਾਂ ਦੀ ਲਿਸਟ ਬਹੁਤ ਲੰਮੀ ਆ, ਇਸ ਗ੍ਰਹ ਕੋਈ ਵੀ ਲੀਡਰ ਐਸਾ ਨਹੀਂ ਜਿਹੜਾ ਗੁਨਾਹ ਦੇ ਵਿੱਚ ਸ਼ਾਮਿਲ ਨਹੀਂ, ਤੇ ਇੱਥੇ ਵੀ ਕੱਲਾ ਬਿਰਸਾ ਸਿੰਘ ਬਲਟੋਹਾ ਨਹੀਂ, ਹੋਰ ਵੀ ਬਹੁਤ ਸਾਰੇ ਆ ਜਿਹੜੇ ਹੱਥ ਖੜੇ ਕਰਕੇ ਆਏ ਤੇ ਜਿਹੜੇ ਇਹ ਕਹਿੰਦੇ ਸੀਗੇ ਆਰਮੀ ਨੂੰ ਜਦੋਂ ਇੰਟਰਵਿਊ ਹੁੰਦੀ ਸੀਗੀ, ਜਦੋਂ ਆਰਮੀ ਦੇ ਜਿਹੜਾ ਆਰਮੀ ਦੇ ਆਫਿਸਰ ਜਿਹੜਾ ਇਹਨਾਂ ਨੂੰ ਬਚਾ ਕੇ ਲੈ ਕੇ ਆਇਆ, ਜਿਹੜਾ ਕੋਈ ਪੰਥ ਰਤਨ ਬਣ ਗਿਆ ਕੋਈ ਫਖਰੇ ਕੌਮ ਦਾ ਬਾ, ਚਲੋ ਗਿਆ ਹੀ ਨਹੀਂ ਉੱਥੇ, ਉਹ ਸਾਰਿਆਂ ਦਾ ਜਵਾਬ ਸੀਗਾ ਵੀ ਦਰਖਤ ਦੇ ਜਦੋਂ ਪੰਛੀ ਬੈਠੇ ਹੁੰਦੇ ਆ, ਅੱਜ ਵੀ ਪਈ ਆ ਯੂਟਿਊਬ ਤੇ ਵੀ ਦਰਖਤ ਤੇ ਜਦੋਂ ਪੰਛੀ ਬੈਠੇ ਹੁੰਦੇ ਉਹਦੇ ਚ ਇੱਕ ਬਾਜ ਹੁੰਦਾ ਵੀ ਜਿਹੜਾ ਸਾਰਿਆਂ ਨੂੰ ਖਾਂਦਾ ਤੇ ਅਜਿਹੇ ਜਿਹੜਾ ਸਿਸਟਮ ਦੇ ਵਿੱਚ ਫਿਰ ਉਹਨੂੰ ਸਾਈਡ ਲਾਈਨ ਤੇ ਕਰਨਾ ਪੈਂਦਾ। ਸੋ ਅਜਿਹੇ ਗੁਨਾਹਗਾਰ ਸੀਗੇ ਉਹਨਾਂ ਨੂੰ ਵੀ ਪੰਥ ਬੜੀਆਂ ਵੱਡੀਆਂ ਵੱਡੀਆਂ ਪੰਥ ਰਤਨ ਫਖਰੇ ਕੌਮ ਸਾਰਾ ਕੁਛ ਕਰਦਾ ਰਿਹਾ। ਸੋ ਸਾਰੇ ਇਹਨਾਂ ਗੁਨਾਹਾਂ ਦੇ ਵਿੱਚ ਸ਼ਾਮਿਲ ਰਹੇ ਆ। ਤੋ ਇਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਵੀ ਕੱਲਾ ਇਹ ਠੀਕ ਆ ਉਹਤੇ ਗੁਨਾਹ ਹੋਇਆ, ਉਹਨੇ ਬਹੁਤ ਵੱਡਾ ਗੁਨਾਹ ਕੀਤਾ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ, ਪਰ ਜਹੇਦਾਰਾਂ ਦੇ ਖਿਲਾਫ ਉਹਨਾਂ ਦੇ ਆਪਣਾ ਫੈਸਲਾ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹਨੇ ਵੀ ਇਹ ਗਲਤ ਕੀਤਾ, ਪਰ ਜਿਸ ਹਿਸਾਬ ਦੇ ਵਿੱਚ ਇਸ ਸਮੇਂ ਮੌਜੂਦਾ ਪੰਥ ਲੰਘ ਰਿਹਾ, ਮੌਜੂਦਾ ਸਿਚੁਏਸ਼ਨ ਸਿੱਖ ਕੌਮ ਦੀ ਦੁਨੀਆਂ ਦੇ ਵਿੱਚ ਹੋ ਰਹੀ ਆ, ਜਿਵੇਂ ਟਾਰਗੇਟ ਹੋ ਰਿਹਾ, ਜਿਵੇਂ ਕੈਨੇਡਾ ਦਾ ਮਸਲਾ ਚੱਲ ਰਿਹਾ, ਅਮੈਰੀਕਾ ਦਾ ਮਸਲਾ ਚੱਲ ਰਿਹਾ, ਉੱਥੇ ਸਾਰੇ ਆਪਾਂ ਗੁੱਗ ਪਿੰਨ ਬਣੀ ਚੁੱਪ ਕਰੀ ਬੈਠੇ ਆ, ਉੱਥੇ ਕੋਈ ਨਹੀਂ ਉਸ ਪਾਸੇ ਬੋਲ ਰਿਹਾ। ਇਸ ਸਮੇਂ ਜਿਹੜਾ ਮੌਕਾ ਸੀਗਾ ਇਹ ਗਲਤੀਆਂ ਉਹਨਾਂ ਨੂੰ ਦੱਸ ਕੇ ਉਸ ਤੇ ਬਾਅਦ ਉਹਨਾਂ ਨੂੰ ਅਕਲ ਦੇ ਕੇ ਉਹ ਕਰਨ ਦੀ। ਹੁਣ ਜੇ ਹੁਣ ਅਕਾਲੀ ਦਲ ਵਾਲੇ ਜਿਹੜਾ ਉਸ ਹਿਸਾਬ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਫੈਸਲਾ ਹੋਰ ਹੋ ਜਾਂਦਾ ਤਾਂ ਉਹਦੇ ਨਾਲ ਸੰਕਟ ਵਧੂਗਾ ਜਾਂ ਘਟੂਗਾ ਇਹ ਮੈਨੂੰ ਸਮਝ ਨਹੀਂ ਆ ਰਹੀ, ਕਿਉਂਕਿ ਗੁਨਾਹਗਾਰਾਂ ਦੀ ਲਿਸਟ ਦੇ ਵਿੱਚ 90% ਲੋਕ ਗੁਨਾਹਗਾਰ ਦੇ ਵਿੱਚ ਸ਼ਾਮਿਲ ਆ। ਆਹ ਸਭ ਤੇ ਵੱਡੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਰੇ ਸ਼ਾਮਿਲ ਆ, ਜਦੋਂ ਰਾਮ ਰਹੀਮ ਨੂੰ ਜਦੋਂ ਇਹ ਕਰਿਆ ਸੀਗਾ ਸਾਰੇ ਸੱਤਾ ਦਾ ਆਨੰਦ ਭੋਗਣ ਵਾਲੇ ਗੁੱਗ ਪਿੰਨ ਬਣੀ ਬੈਠੇ ਸੀਗੇ, ਚਾਹੇ ਉਸ ਸਮੇਂ ਸੁਧਾਰ ਵਾਲੇ ਵੀ ਵਿੱਚ ਸੀਗੇ ਸਾਰੇ ਸੀਗੇ। ਕੀ ਕੀਤਾ ਉਹਨਾਂ ਨੇ? ਆਵਾਜ਼ ਬੁਲੰਦ ਕਰੀ? ਕਿਸੇ ਨੇ ਕੋਈ ਆਵਾਜ਼ ਬੁਲੰਦ ਨਹੀਂ ਕਰੀ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਵਿੱਚ, ਕਿਸੇ ਨੇ ਇਹ ਨਹੀਂ ਕਿਹਾ ਵੀ ਇਹ ਗਲਤ ਹੋ ਰਿਹਾ, ਕਿਸੇ ਨੇ ਬੇਦਮੀਆਂ ਦੇ ਜਿਹੜੇ ਉਸ ਸਮੇਂ ਸੀਗੇ ਚੰਦ ਕੁ ਹੋਣੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਆਵਾਜ਼ ਚੱਕੀ ਹੋਣੀ, ਤਾਂ ਮੈਂ ਉਸ ਸਮੇਂ ਮੈਜੋਰਟੀ ਜਿਹੜੀ ਸੀਗੀ ਉਹ ਵੀ, ਅੱਜ ਵੀ ਕਿਸੇ ਨੇ ਇਹ ਨਹੀਂ ਕਿਹਾ ਵੀ ਲੰਬੇ ਸਮੇਂ ਤੋਂ 12-13 ਸਾਲ ਤੋਂ ਸਿਕੰਦਰ ਦੀ ਸਰਕਾਰ ਦੀ ਦਖਲਦਾਰੀ ਦੇ ਨਾਲ ਸ਼੍ਰੋਮਣੀ ਕਮੇਟੀ ਚੱਲ ਰਹੀ ਆ, ਇਲੈਕਸ਼ਨ ਨਹੀਂ ਹੋ ਰਹੀ, ਤਾਂ ਉੱਥੇ ਦਖਲਦਾਰੀ ਕਿਉਂ ਨਹੀਂ ਹੈ? ਉੱਥੇ ਸ਼ਰਿਆਮ ਆਰਐਸਐਸ ਦੇ ਬੰਦੇ ਆ ਕੇ ਸ਼ਰਿਆਮ ਤਖਤਾਂ ਦੇ ਜਹੇਦਾਰਾਂ ਨੂੰ ਮਿਲਦੇ ਆ। ਉਸ ਸਮੇਂ ਜਦੋਂ ਨਾਨਕਸ਼ਾਹੀ ਕੈਲੰਡਰ ਜਿਹੜਾ ਕਿ ਲਾਗੂ ਹੋ ਗਿਆ ਸੀਗਾ ਮੂਲ, ਉਹਨੂੰ ਰੱਦ ਕਰਾਇਆ ਗਿਆ, ਉਸ ਸਮੇਂ ਕਿਸੇ ਦੀ ਜ਼ਬਾਨ ਨਹੀਂ ਖੁੱਲੀ ਉਸ ਸਮੇਂ, ਤੇ ਮੈਂ ਤਾਂ ਹੈਰਾਨ ਆ ਵੀ ਸਮੇਂ ਦੇ ਨਾਲ ਬਹੁਤ ਵੱਡੀਆਂ ਵੱਡੀਆਂ ਬਤੀਕੀਆਂ ਹੋਈਆਂ ਵੱਡੇ ਵੱਡੇ ਇਹੋ ਜਿਹੇ। ਜੀ ਵਿਰਾਟ ਸਾਹਿਬ, ਤੁਸੀਂ ਕਿਉਂਕਿ ਮੈਂ ਬ੍ਰੇਕ ਤੇ ਜਾਣਾ, ਲੇਕਿਨ ਤੁਸੀਂ ਕਈ ਨੁਕਤੇ ਐਸੇ ਉਠਾਤੇ ਜਿਹੜੇ ਇਸ ਡਿਬੇਟ ਚ ਡਿਸਕਸ ਕਰਨੇ ਸਾਨੂੰ ਚਾਹੀਦੇ ਨੇ, ਆਪਾਂ ਅਗਲੇ ਹਿੱਸੇ ਚ ਕਰਦੇ ਹਾਂ। ਹੁਣ ਲੈਂਦੇ ਹਾਂ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਪਹਿਲਾਂ ਦੱਸੋ, ਜਿਸ ਤਰੀਕੇ ਨਾਲ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਫੈਸਲਾ ਹੁੰਦਾ, ਹਰ ਇੱਕ ਚਿੰਤਕ ਦਾ ਆਪਣਾ ਇੱਕ ਨਜ਼ਰੀਆ ਹੁੰਦਾ, ਇੱਕ ਦੇਖਣ ਦਾ ਢੰਗ ਹੁੰਦਾ, ਲੇ ਦੇ ਕੇ ਹਮਾਰੇ ਪਾਸ ਫਕਤ ਇੱਕ ਨਜ਼ਰ ਹੀ ਤੋਂ ਹੈ, ਕਿਉਂ ਦੇਖੇ ਦੁਨੀਆਂ ਕੋ ਕਿਸੇ ਔਰ ਕੀ ਨਜ਼ਰ ਸੀ, ਅਸੀਂ ਆਪਣੀ ਜਗ੍ਹਾ ਨਾਲ ਦੇਖਣਾ। ਉਪਜੀਤ ਸਿੰਘ ਬਰਾੜ ਸਾਹਿਬ ਨੂੰ ਆਪਣਾ ਇਹ ਐਂਗਲ ਨਜ਼ਰ ਆਉਂਦਾ ਹੈ
कि ये सजा क्योंकि सिख कौम क्राइसिस च है, जिवें इन्होंने जिक्र किया कनेडा का, कनेडा नाल दूरियां होर वध रहियां ने, ते कनेडा नाल दूरियां वधण दा मतलब कि पंजाबी जां सिख कौम ते सीधा असर पैणा है। इस कोई दोरावा नहीं कि कौम दे विच एकता की लोड़ है, लेकिन इस तरह की जिहड़ी मिसाली सजा की वह अनुशासन च लैके जा रही है जां फुट पा रही है। ते कल नूं जे सुखबीर सिंह बादल नूं इहो जिही सजा आउंदी है जां उन्हां नूं कहा जांदा वी छड्डो, जिवें बिरसा सिंह बटोहे ने कहा सी कि सानूं आगू ही कर रहे जी, ते जे हो जांदा फिर तां तुसीं कहो वी उन्हां नूं वी एज इट इज रह जाणा चाहीदा। इह अपना अपना तरीका, विराट साहब इह सोचदे ने, प्रितपाल सिंह पन्नू साहब कुछ होर सोचदे ने, लेकिन जो कुछ दलीलां विराट साहब ने दित्तियां ने उहदी लाइट दे विच, उहनां दलीलां दी लाइट दे विच पन्नू साहब की कहोगे? वालिया साहब मैं बाला जरा सहमत नहीं है। देखो जिथों तक जेडे मुद्दे बराड़ साहब ने चुके वो मुद्दे 201% जायज ने, पर आप किसी बंदे नू गुनाहगार नू इस करके जरा उन्हूं सजा ना दईए बई उहदे सजा देन दे नाल जिहड़ी है साडे कोल लीडरशिप की कोई कमी आ जाएगी, या कौम नू इस टाइम बड़ी लीडरशिप की लोड़ है, कौम नू अजिहे लीडरां की बिल्कुल लोड़ नहीं हैगी जेडे लीडर बन के कौम का ही घाण करन दे लगे हुए है। देखो श्रोमणी अकाली दल जिहड़ा है ये सिख कौम दीआं कुर्बानियां दे नाल बनी हुई जथेबंदी है। मैं अज मैं तुहाडे सामने मैं अपने किताब कोश दे विचों पिछे जिहड़े मेरी बुकलेट है, मेरे कोल पूरी लाइब्रेरी है इत्थे मेरे ऑफिस च भी, मैं महान कोश पढ़ रहा सी ते महान कोश दे विचों मैनूं लग्गिया कि मैं अज दी चर्चा विच चार लाइनां जरूर शामिल करांगा। भाई साहब भाई कान सिंह नाभा जी ने जिहड़ी अकाली दी परिभाषा दित्ती है ये जरूर सारे नूं तुहाडे दर्शकां नूं जाणनी चाहीदी है कि कमल ज्यों माया जल विच है अलेप सदा, सब दा स्नेही चाल सब तो निराली है, करके कमाई खावे मंगना हराम जाने, भाणे विच विपदा नूं मनो खुशहाली है, स्वार्थ तो बिना, बड़े ध्यान नाल सुनो लाइन बड़ी इंपोर्टेंट है, स्वार्थ तो बिना गुरद्वारियां दा चौकीदार, धर्म दे जंग लई चढ़े मुख लाली है, पूजे ने अकाल बिना होर कोई देवी देव, सिख दशमेश दा सुकई अकाली है। ये भाई कान सिंह नाभा ने अकाली की परिभाषा दिती है। यह अकाली जिन्हों अज सजा लगी है या जेडे ए नाल दे होर ने सुखबीर सिंह बादल या पूरा लाणा जिहड़ा है ये दसो कि इस परिभाषा से खरे उतरदे है? ये गुरु घर का इस्तेमाल अपने निजी स्वार्थों वास्ते कर रहे हैं, अपनी राजनीतिक रोटियां चमकाउण वास्ते कर रहे हैं। गुरु साहब ने कहा एक अकाल की पूजा करनी है, ये जाके राम रहीम से जाके डेरिया के वोटा पिछे जाके जे कौम का घाण करने वाले बाबे है उन्होंने डेरिया से जाके बहिंदे है। जे अजिहे लीडरां राजनीति सिख राजनीति दूर दूर रखने के फैसले होंगे ने, मैं कहना सिख कौम का जरा भला हो जाएगा। सिख कौम के लीडर की कमी नहीं है, ये पुराने जिन्हें भी बंदे जिन्होंने गुनाह किए ने ये अगर दूर हटन गए तो नवे बड़े सूझवान नौजवानों के बड़े सूझवान बड़े चंगे चंगे लीडर सिख कौम के है, उन्होंने मौका मिलेगा अगे आउंदा, ये तो मौका ही नहीं देंगे किसी को। यह तो अजिहे जिहड़े जिदा सप कुंडली मार के बह जाता ना किसी खजाने के उत्ते कि मैं किसी को नेड़े नहीं लगन देना, यह कौम का जिहड़ा खजाना है श्रोमणी अकाली दल इहदे उत्ते सप्पां वांग कुंडली मार के लीडर जिहड़े बैठे ने जिहड़े कौम का घाण भी करन डे ने, कौम के नौजवानों नूं मारन भी जे इहनां दा हथ है, नौजवानों नूं जेलां सुट्टन दे इहनां हथ है, नौजवानों नूं मारन वाले जिहड़े अफसर ने उहनां नूं वड्डियां फीतियां लाउण विच इहनां दा हथ है, ते असीं फिर कहीए जी इहनां नूं छोटी मोटी जिहड़ी सजा दे दित्ती जाए, कौम जिहड़ी है इस टाइम जिहड़ी है बड़े भारे समें चों लंघ रही है। वी अगर कौम नूं भारे समें चों कढ़ना है ना इहनां लीडरां नूं साइड ते करके, असीं हरियाणे विच जदों जितने एकता की गल की है असीं पहला इको गल किया सी असीं किसी लीडर नूं अगे नहीं आउण देना, कौम अगे आए लीडर ने नाल चलना, संगत बन के नाल चलन, लीडर बन के नाल ना चलन, उहदे रिजल्ट मिले हरियाणा दे विच बड़ा वधिया जिहड़ा सानूं मैसेज मिलिया। पंजाब विच क्यों नहीं हो सकता कि पंजाब विच जिहड़े लीडर ने उहनां दे बिना कौम की एकता नहीं हो सकती? कौम की एकता वास्ते इन्हां लीडरां की जरूरत नहीं हैगी, कौम की एकता वास्ते कौम नूं सेध देण की लोड़ है। और मैनूं लगता है कि यह बड़ा वधिया स्टैप जिहड़ा ऐतकी जिहड़ा तख्त साहिबां दे जथेदारां ने चुकिया है, और मैं परमात्मा रब अगे अरदास करना कि यह जथेदार जिहड़े ने इन्हां उत्ते हुण होर किसी तरह का कोई दबाव ना आवे ते ना ही किसी दबाव नूं मन्नन, जो रवायतां पंथक रवायतां ने उहदे मुताबक सजावां लाण, कौम नूं सेध देण, कौम नूं भंबल भूसिआं चों कढ़न। साडा जिन्ना नुकसान हो रहा है तुसीं गल कनेडा दी कर लो, तुसीं गल जिहड़ी है जिहड़े सिख मसले इंडिया दे ने उहनां दी कर लो, क्यों हो रहे ने? क्योंकि सारे नूं पता है, सरकारां नूं पता है कि सिख वंडे होए ने, जे असीं इक धड़ा साडे खिलाफ जाएगा दूजा धड़ा साडे नाल आ के जुड़ जाएगा, जिन्नी देर साडी इह पाटक खत्म नहीं होवेगी। पर पाटक उदों खत्म होएगी जदों इह सारे लीडर जिन्हां ने कौम दा नाश कीता है सारे पिछां हटणगे, और नवीं सोच वाले चंगी सोच वाले जिहड़े सूझवान साडे कोई बंदे ने कौम दे जिहड़े सूझवान सज्जन ने उह अगे आउणगे, जिन्हां नूं मर्यादा दा पता है, जिन्हां नूं इह पता है अकाली शब्द की परिभाषा की है। असीं वी चाहुंदे हां श्रोमणी अकाली दल पंथ की सिरमौर जथेबंदी रही है,
राजनीतिक खेत्र एक अकाली दल हो गए जिन्हें अलग अलग अकाली दल बने ने खत्म हो गए एक बनन पर एक कदों बनेंगे जो सप वांग कुंडली मार के बैठे लीडर पिछा हो गए सारे इकट्ठे होके बह के विचार करके अकाली दल की जी मूल सिद्धांत चलन का मौका मिलेगा उदो जाके एकता होनी है उसके बिना एकता नहीं हो सकती वालिया साहब वैसे पन्नू साहब तुसी जो गल कीती है मैनू एक बड़ी अजीब तुसी अकाली की परिभाषा दिती है ना ते भाई काम सिंह नाभा की मेरे पिछले दिन ही एक टीवी चैनल एक रेडियो ने मैंने सवाल किया कि थोड़ा लीडर कौन है मतलब तुसी हैरान हो जाओगे मैनू सिखा दे विच कोई नॉन लाइन नहीं ना तुसी लै दो सारे बैठे आप कि नॉन लाइए भी यह सिख लीडर है मेनू लगे भी सवाल पुठा जहां लगता सौखा है सवाल है साढ़े कोई सर्व प्रमाणित लीडर नहीं है जी अस लीडर ले सकते मतलब इस तरह के हालात बने पे ने बस जसवंत सिंह सरहंद साहब थोड़ी ब्रीफ जी टिप्पणी बटोरे सजा मैं बादल की खतरे की घंटी ये जरूर है क्योंकि यह एक संकेत है जरूर है क्योंकि हरप्रीत सिंह ने भी कहा सिंह साहब ने भी असि पंथक जथेबंदियों नुमाइंदियों सलाह मशवरा करके ही सजा का कोई प्रदान करांगे तो अकाल तख्त साहब के जथेदार ने भी गल कही है कि सानू जिहड़ी ठीक लगे असं किसी दबाव थले नहीं है असं किसी के उहदे थले नहीं है क्योंकि साढ़े बच्चों की भी रैकी करते हैं उन्होंने पिछे भी सा पिछोकड़ जानते हैं बहुत बड़े इल्जाम लाए ने उन्होंने बहुत ही पंथ निराशा च है इसलिए जी गल विरसा सिंह की तुम छिड़ी है विरसा सिंह पिछे तो सुखबीर बादल ने अपना भैन भरू छड़ते उन्होंने अकाली दल चो करता से देश प्रताप जी ने इस गल करके विरसा सिंह नहीं बोलिया बोलिया सुखबीर बादल ही बोलिया जो बोलिया इसलिए इन्हों समझना चाहिए क्योंकि जोड़ा सिंह साहब फैसला लेने की कोशिश कर रहे हैं पहला भी जो फैसला लिया गया है तनखाइया करार दिता गया सुल्तान सिंह के भाई हरप्रीत सिंह का बहुत बड़ा योगदान है बहुत गड्डिया पिछे घूमिया ने भी तुम ये काम ना करो तनखाइया करार नहीं देना है जो नहीं करना तो इस गल करके पंथ में एक ऐसे फैसला लेना पड़ेगा साढ़े समझा सूझवान विद्वान बैठे ने बुलाए ने चलो बराड़ साहब ने जो गल कही है इन्हों का विचार हो सकता है क्योंकि यह पंथ नहीं है पंथ हों तो पंथ इन्होंने प्रवान करता पंथ हों तो चोणा चाहना भी इन्नी माड़ी हालत ना होंगी सारे जवानत ना जबत होंगे इस गल करके पंथ को पछाणन की लड़ है मैं यही गल कहूंगा कि जो विरसा सिंह बटोरा होया तो इधर तो पैदा हो जाना चाहिए इसे घर बिठाना चाहिए कि किसी पार्टी च नहीं जाऊगा तो ऐसा कोई नुकसान नहीं कर सकता बिल्कुल ठीक है थोड़ा आ गया पक्ष क्योंकि लास्ट गेट है मास्टर बिट्टू सिंह कानिके साहब थोड़ी लास्ट स्टेटमेंट थोड़ा बालिया साहब अज सिख कौम लोड़ असी नैशनल पद्धर से इंटरनेशनल पद्धर से एक बोर्ड बनाया जाता एक जथेबंदी बनाई जाती सिख कौम की अज समुचे ही सिख जगत है जरा इस गल की बड़ी ही बेसब्री नाल उड़ीक कर रहा है और जो आल इंडिया गुरद्वारा एक्ट जिहड़ा कि श्रोमणी अकाली दल की मंग सी जो उस मुताबिक आल इंडिया गुरद्वारा एक्ट का खरड़ा आया तो सरदार प्रकाश सिंह बादल ने उस खरड़े मतलब बिचे ही दवाता और आल इंडिया गुरद्वारा एक्ट जो बन जाता तो फिर इंटरनेशनल पद्धर उत्ते जो सिख समस्यावां सी उन्हां संबंध में भी कोई इंटरनेशनल पद्धर उत्ते ते नैशनल पद्धर उत्ते बकाया तौर पर एक सिखां दी जथेबंदी वह अगवाई दिंदी वह चंगी गल सी और जिहड़ा हुण इस वक्त फैसला आया है यह बहुत महत्वपूर्ण फैसला है इसने अकाल तख्त साहब की महानता वधाई हैगी और सरदार सुखबीर सिंह बादल जो तनखाइया करार दिते हुए असीं उन्हां दे संबंध में भी कल मंग करके आए हैं कि जो वह तनखाइया करार दिते हुए तनखाइया करार दिते हुए व्यक्ति है वह किवें लोगों के बीच विचर सकते हैं किवें श्रोमणी गुरुद्वारा प्रबंधक कमेटी के मैंबरों मिल सकते हैं सो असीं आस करते हैं कि तनखाइया जो कोई व्यक्ति होंगेगा तो वह बारे भी स्पष्टीकरण जो सिंह साहबान जी आने वाले समय में देंगे तो नाल ही सिंह साहबान ने जोड़ा यह फैसला भी दिता है कि आने वाले दिनों असी पंथक जथेबंदियों बुद्धिजीवियों रह मशुरा करके ही जी है वह सुखबीर सिंह बादल जी है वह अगले वो बारे करा ये लोग राय
ਬਿੱਟੂ ਸਿੰਘ ਜੀ ਜਿਹੜੇ ਤੁਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਕੀਤੀ ਹੈ, ਮੈਨੂੰ ਖੁਦ ਉਸ ਵੇਲੇ ਥੋੜਾ ਸਮਾਂ ਪ੍ਰਦਾਨ ਰਹੇ ਨੇ, ਆਪ ਦੱਸਿਆ ਕਿ ਡਰਾਫਟ ਪਿਆ ਇਹਦੇ ਪ੍ਰਕਾਸ਼ ਸਿੰਘ ਬਾਦਲ ਨੂੰ, ਈਵਨ ਗੁਰਚਰ ਸਿੰਘ ਟੌੜਾ ਉਹਨਾਂ ਨੂੰ ਇਹ ਖਾਲਸਾ ਪ੍ਰਗਟ ਕਰਕੇ ਉਹਨੂੰ ਇੱਕ ਸਾਈਡ ਤੇ ਰੱਖਤਾ ਡਰਾਫਟ ਨੂੰ। ਉਹ ਡਰਾਫਟ ਕਮੇਟੀ ਦੇ ਮੈਂਬਰ ਵੀ ਸੀ ਜਿਹਨਾਂ ਨੇ ਮੈਨੂੰ ਦੱਸਿਆ, ਤੇ ਉਹ ਕਹਿੰਦੇ ਵੀ ਫਿਰ ਤਾਂ ਸਾਡੇ ਗੁਰਦੁਆਰੇ ਇੱਥੋਂ ਨਿਕਲ ਸਕਦੇ ਨੇ। ਇਸ ਕਿਸਮ ਦੀ ਗੱਲ ਉਹਨਾਂ ਨੂੰ ਇਹ ਕਿਹਾ ਗਿਆ ਕਿ ਕੋਈ ਗੱਲ ਨੀ, ਤੁਸੀਂ ਇਹ ਨਾ ਕਰੋ, ਜਿਹੜਾ ਪ੍ਰਧਾਨ ਉਹ ਪੰਜਾਬ ਚ ਰਹੂ, ਇਸ ਤਰ੍ਹਾਂ ਦੀ ਪ੍ਰੋਵੀਜ਼ਨ ਪਾ ਦਿੰਦੇ, ਇਸ ਕਰਕੇ ਵੀ ਮੰਨੇ ਤੇ ਵੀ ਕਦੇ ਆਪਾਂ ਗੱਲ ਕਰਾਂਗੇ। ਲਾਸਟ ਡੇਢ ਕੁ ਮਿੰਟ ਦਾ ਕਮੈਂਟ ਪਰਮਜੀਤ ਸਿੰਘ ਸੌਲੀ ਸਾਹਿਬ ਤੁਹਾਡਾ। ਜੋ ਗੱਲ ਕਰੀ ਮੈਂ ਹੈਰਾਨ ਆ ਬਰਾੜ ਸਾਹਿਬ, ਆਪਾਂ ਉਹ ਦਿਨ ਨੀ ਭੁੱਲਣੇ। ਇਹ ਸਾਰੇ ਰਸਗੁੱਲੇ ਰੱਜੇ ਪੁੱਜੇ ਲੋਕ ਨੇ ਜਿਹੜੇ ਰਾਜ ਭਾਗਾਂ ਤੇ ਝੂਠੇ ਲੈਂਦੇ ਰਹੇ ਨੇ, ਅਕਾਲ ਤਖ਼ਤ ਵੱਲ ਪਿੱਠ ਕਰਕੇ ਵੋਟਾਂ ਖਾਤਰ ਝੂਠੇ ਸਾਡੇ ਸੌਦਿਆਂ ਵਾਲੇ ਭਨਿਆਰਾਂ ਵਾਲੇ ਪਤਾ ਨੀ ਕਿੰਨਿਆਂ ਕਿਤੇ ਮੱਥਾ ਟੇਕਿਆ। ਇਸ ਕਰਕੇ ਇਹਨਾਂ ਨੂੰ ਪਹਿਲਾਂ ਅਕਾਲ ਤਖ਼ਤ ਸਾਹਿਬ ਵੱਲੋਂ ਸਾਫ਼ ਹੋ ਲੈਣ ਦਿਓ। ਪੰਥ ਚ ਝਾਰ ਨਾ ਲੱਗਣ ਚੱਲਿਆ ਹੋਇਆ ਗੁਰੂ ਲਾ ਰਿਹਾ ਹੈ, ਝਾਰੇ ਜਾਣ ਦਿਓ। ਕੋਈ ਨੀ ਕਹਿੰਦਾ ਵੀ ਪੰਥ ਚ ਏਕਾ ਨੀ ਹੋਣਾ ਚਾਹੀਦਾ, ਪੰਥ ਚ ਏਕਾ ਹੋਵੇ ਦੁਨੀਆਂ ਚ ਕੌਮ ਦਾ ਨਾਂ ਹੋਵੇ। ਕੋਈ ਨੀ ਕਹਿ ਰਿਹਾ ਵੀ ਇੱਥੋਂ ਭੱਜਾਂਗੇ, ਪਰ ਜਿੰਨੀ ਦੇਰ ਲਿਬੜੇ ਹੋਏ ਨੇ, ਕਿਸੇ ਦੇ ਖੂਨ ਦਾ ਹੱਥ ਭਰੇ ਪਏ ਨੇ ਕਿਸੇ ਦੇ ਕੁਛ, ਓਨੀ ਦੇਰ ਬਿਲਕੁਲ ਨੀ ਇਹਨਾਂ ਲਿਬੜੇ ਹੋਏ ਨਾਲ ਇੱਕ ਸਪੇਸ ਸਾਂਝੀ ਕੀਤੀ ਜਾ ਸਕਦੀ। ਇਸ ਲਈ ਸਿੱਖ ਸਹਿਬਾਨਾਂ ਨੂੰ ਵੀ ਬੇਨਤੀ ਹੈ ਕਿ ਜਿਵੇਂ ਆਹ ਵਿਰਸੇ ਨੂੰ ਪਾਇਓ, ਇਸੇ ਤਰ੍ਹਾਂ ਝਾੜ ਨਾਲ ਠੋਕ ਕੇ ਲਾ ਦਿਓ, ਪੰਥ ਬੁਲੰਦੀਆਂ ਤੇ ਜਾਊਗਾ। ਮੈਂ ਤਾਂ ਇਹੀ ਗੱਲ ਕਹਿਣੀ ਚਾਹੁੰਦਾ। ਠੀਕ ਹੈ, ਦੇਖੋ ਮੇਰੀ ਗੱਲ, ਹਾਂ ਇਹ ਇੱਕ ਇੱਕ 30 ਸਕਿੰਟ ਦੇ ਬਰਾੜ ਸਾਹਿਬ 30 ਸਕਿੰਟ ਨੇ ਸਾਰੇ, ਮੈਂ ਆਪਦਾ ਟਾਈਮ ਤੁਹਾਨੂੰ ਦਿੱਤਾ। ਪ੍ਰੋਫੈਸਰ ਸਾਹਿਬ ਮੈਂ ਇਹ ਗੱਲ ਕਹਿਣਾ ਚਾਹਨਾ, ਇਹ ਗੱਲ ਬਿਲਕੁਲ ਸਹੀ ਆ ਵੀ ਝਾਰਨਾ ਲੱਗਣਾ ਚਾਹੀਦਾ ਤੇ, ਪਰ ਝਾਰਨੇ ਲਾਉਂਦੇ ਸਮੇਂ ਇਹ ਵੀ ਮੈਂ ਮੰਨਦਾ ਵੀ ਇਹ ਕੋਈ ਪੰਥ ਨਹੀਂ ਹੈ, ਪਰ ਜਿਹੜੇ ਬਾਕੀ ਵੀ ਪੰਥ ਆ ਲੋਕਾਂ ਨੇ ਉਹਨਾਂ ਨੂੰ ਵੀ ਨੇੜੇ ਨਹੀਂ ਲਾਇਆ, ਇਹ ਵੀ ਇੱਕ ਸੱਚਾਈ ਆ ਜਿਹੜੀ ਅਸਲ ਦੇ ਵਿੱਚ। ਇੱਕ ਗੱਲ ਮੈਂ ਜਿਹੜੀ ਗੱਲ ਸਾਰਿਆਂ ਨੂੰ ਕਹਿਣੀ ਚਾਹੁੰਦਾ, ਕਈ ਵਾਰ ਅਕਾਲ ਤਖ਼ਤ ਸਾਹਿਬ ਤੋਂ ਹੀ ਬੜੀਆਂ ਗਲਤੀਆਂ ਹੋਈਆਂ। ਕਿਸੇ ਸਮੇਂ ਮੂਰਤੀਆਂ ਦੇ ਚੁਕਾਉਣ ਦੇ ਲਈ ਦਰਬਾਰ ਸਾਹਿਬ ਦੇ ਵਿੱਚੋਂ ਜਿਹੜੇ ਮੁਹਿੰਮ ਚਲਾਉਣ ਵਾਲੇ ਗਿਆਨੀ ਦਿੱਤ ਸਿੰਘ ਸੀਗੇ ਤੇ ਪ੍ਰੋਫੈਸਰ ਗੁਰਮੁਖ ਸਿੰਘ ਸੀਗੇ, ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਹੋ ਗਈ ਸੀਗੀ ਬਈ ਚ ਦਬਾਓ ਦੇ ਅਧੀਨ ਵਾਪਸ ਲੈਣ। ਇਹ ਉਹਨਾਂ ਦੇ ਕਿਰਦਾਰ ਚ ਨਹੀਂ ਹੈ, ਇਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ। ਵਿਰਸਾ ਸਿੰਘ ਨੇ ਗੁਨਾਹ ਕੀਤਾ, ਪਰ ਮੈਂ ਫਿਰ ਵੀ ਕਹਿਣਾ ਵੀ ਜਿਹੜਾ ਜਿਹੜਾ ਸਜ਼ਾ ਜਿਹੜੀ ਆ ਐਡੀ ਗੰਭੀਰ ਵੀ ਨਹੀਂ ਹੋਣੀ ਚਾਹੀਦੀ, ਪਹਿਲੀ ਝਟ ਚ ਐਕਸ਼ਨ ਕਰ ਦਿਓ। ਮੈਂ ਇਸ ਤੋਂ ਵੱਡਾ ਗੁਨਾਹਗਾਰ ਹਰਚੰਦ ਸਿੰਘ ਲੌਂਗੋਵਾਲ ਸੀਗਾ, ਜਿਹਨੇ ਕਿ ਜਿਹੜਾ ਕਿ ਸ਼ਰਿਆਂ ਚਿੱਠੀਆਂ ਲਿਖਦਾ ਰਿਹਾ ਪੀਸੀ ਅਲੈਗਜੈਂਡਰ ਨੂੰ, ਸਤੀਸ਼ ਧਵਨ ਹੋਣਾ ਨੂੰ ਦਰਬਾਰ ਸਾਹਿਬ ਦੇ ਅਟੈਕ ਦੇ ਲਈ, ਉਹਨਾਂ ਨੂੰ ਤਾਂ ਸਾਰੇ ਗੁਰੂ ਮੰਨਦੇ ਆ, ਸਾਰੇ ਅੱਜ ਵੀ ਸ਼ਹੀਦ ਮੰਨਦੇ ਆ, ਉਹਦੇ ਸਾਰੇ ਕੀ ਉਧਰ ਨਹੀਂ ਆਪਾਂ ਜਾ ਸਕਦੇ? ਤੇ ਮੇਰਾ ਮਤਲਬ ਜਦੋਂ ਆਪਾਂ ਗੱਲੇ ਲੱਗਿਆ ਕਰਨ ਝਾਰਨਾ ਲਾਉਣ ਤਾਂ ਸਾਰਿਆਂ ਤੇ ਐਕਸ਼ਨ ਹੋਣਾ ਚਾਹੀਦਾ, ਇਕੱਲੇ ਤੇ ਨਹੀਂ। ਤੇ ਇਹ ਤੇ ਐਕਸ਼ਨ ਬਰਾੜ ਸਾਹਿਬ ਮਾਫ ਕਰਨਾ, ਮੈਂ ਤੁਹਾਨੂੰ 30 ਸਕਿੰਟ ਕਿਹਾ ਸੀ, ਹੁਣ ਤਾਂ ਮੈਂ ਸਰ ਧੰਨਵਾਦ ਕਰਨ ਲਈ 10 ਸਕਿੰਟ ਰੱਖੇ ਨੇ। ਪੰਡੂ ਸਾਹਿਬ, ਸੋਹਲੀ ਸਾਹਿਬ, ਮਿੱਠੂ ਸਿੰਘ ਜੀ ਔਰ ਮਾਸਟਰ ਜਸਵੰਤ ਸਿੰਘ ਜੀ, ਉਪਜੀਤ ਸਿੰਘ ਬਰਾੜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ, ਬਹੁਤ ਅਹਿਮ ਨੁਕਤੇ ਉਠਾਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕ, ਤੁਹਾਡਾ ਵੀ ਧੰਨਵਾਦ। ਕੱਲ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਬਲੀਸ਼ਵਰ ਚ ਮਿਲਦੇ ਹਾਂ। ਬਹੁਤ ਬਹੁਤ ਸ਼ੁਕਰੀਆ। This program is sponsored by the Singla office, Bakersfield. For all your immigration family law needs, call or scan QR code to contact us. Rodis Inc. Million Miles with Smile, or scan QR code to contact us. Flangbird Truck Repair, trust we build in truck repair, or scan QR code to contact us. The Masala Twist, Oxnard Fine Authentic Indian Cuisine, or scan QR code to contact us. Pizza Twist, taste with twist, order today, call or visit website or scan QR code to contact us. New India Market, or scan QR code to contact us. Taba Indian Cuisine, Tracy Fine Authentic Indian Cuisine in Tracy, or scan QR code to contact us. Bila Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Appa Kadahi made and served with love. Scan this QR code to contact us. Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.